ਸਿਮਰਾਂਗਦ ਦੁਖ ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨ ਨਾਨਕੀਨਾ ਨਾਸ਼ਕ ਹਰ ਗੋਬਿੰਦ ਸ਼ੁਭ ਸ਼ਮਤ ਪਾਰ ਸ਼੍ਰੀ ਹਰ ਰਾਇ ਨਮੋਕਾਰ ਜੋਰੀ ਨਮੋਕਾਰ ਜੋਰੀ ਸ਼੍ਰੀ ਹਰ ਕ੍ਰਿਸ਼ਨ ਮਨਾਉ ਬੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਿਸਾਲਾ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗ ਦੀਸਾ ਸਤਿਗੁਰੂ ਤੇ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਚੋਪਈ ਨੇ ਕੁਛ ਕਯੋ ਗਯੋ ਰੈ ਖਰੇ ਤਬ ਗੁਰਦਾਸ ਬ੍ਰਿਧ ਪਗ ਧਰੇ ਕਰ ਬੰਧਨ ਕੋ ਕੁਛ ਕਹਿਲਾਏ ਪੰਕਜ ਸੇ ਲੋਚਨ ਬਿਕਸਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਆ ਘਰ ਨੌ ਨਿਤ ਆਵੈ ਤਾਏ ਸਭ ਥਾਈ ਹੋਏ ਸਹਾਏ ਐਸੇ ਕਿਰਪਾਲੂ ਕਿਰਪਾ ਨਿਧਾਨ ਬੈਰਾਗ ਸਰੂਪ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੀ ਪਾਵਨ ਧਰਤੀ ਤਖਤਾਂ ਤੇ ਵਿਰਾਜਮਾਨ ਸੁਭਾਈਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਸ਼ੋਭਿਤ ਗੁਰੂ ਸਵਾਰੀ ਗੁਰੂ ਖਾਲਸਾ ਸਤਿਸੰਗਤ ਜੀਓ
ਆਪ ਸਮੂਹ ਸੰਗਤਾਂ ਬਹੁਤ ਵੱਡੇ ਭਾਗਾਂ ਵਾਲੇ ਹੋ ਕਿ ਰੋਜ਼ ਹੀ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਸਾਧ ਸੰਗਤ ਦੀਆਂ ਘੜੀਆਂ ਮਾਣਦੇ ਹੋ ਅਤੇ ਗੁਰਬਾਣੀ ਦਾ, ਕੀਰਤਨ ਦਾ, ਗੁਰਮਤਿ ਵਿਚਾਰਾਂ ਦਾ ਲਾਹਾ ਆਪਣੇ ਜੀਵਨ ਵਿੱਚ ਢਾਲ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਹੋ। ਤੇ ਖਾਲਸਾ ਜੀਓ, ਬਿਨ ਹਰ ਭਜਨ ਨਹੀਂ ਛੁਟਕਾਰਾ, ਇਹ ਗੁਰੂ ਮਹਾਰਾਜ ਦਾ ਬਚਨ ਹੈ ਕਿ ਬਿਨਾਂ ਭਗਤੀ ਤੋਂ ਛੁਟਕਾਰਾ ਨਹੀਂ ਹੋਣਾ ਪਾਈ। ਜਿਸ ਨੇ ਦੁੱਖਾਂ ਤੋਂ ਬਚਣਾ ਹੈ, ਤਕਲੀਫਾਂ ਤੋਂ ਬਚਣਾ ਹੈ, ਉਹ ਕੀ ਕਰੇ? ਫਿਰ ਰੱਬ ਦਾ ਭਜਨ ਕਰੇ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੂੰ ਗੁਰੂ ਨਾਨਕ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਹੋਈ। ਖਾਲਸਾ ਜੀਓ, ਬਚਪਨ ਵਿੱਚ ਹੀ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਈ। ਪਹਿਲਾ ਨਾਮ ਬੂਢਾ, ਜਦੋਂ ਗੁਰੂ ਦੀ ਬਖਸ਼ਿਸ਼ ਹੋਈ ਤੇ ਫਿਰ ਸਿਆਣੇ ਬਣ ਗਏ। ਬੁੱਢਾ ਸਾਹਿਬ, ਬੁੱਢਾ ਕਹਿੰਦੇ ਬਜ਼ੁਰਗ ਨੂੰ, ਸਿਆਣੇ ਨੂੰ। ਬ੍ਰਹਮ ਗਿਆਨੀ ਤਤਵੇ ਤੇ ਮਹਾਂਪੁਰਸ਼ ਬਾਬਾ ਬੁੱਢਾ ਸਾਹਿਬ ਜੀ, ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਦਿਨ ਰਾਤ ਸੇਵਾ ਹੀ ਕਰਦੇ ਰਹੇ। ਭਾਵੇਂ ਖੇਤੀਬਾੜੀ ਕਰਨੀ, ਉਹ ਵੀ ਕਰਦੇ ਰਹੇ। ਰਮਦਾਸ ਦਾ ਇਲਾਕਾ ਹੈ, ਬਹੁਤਾ ਸਮਾਂ ਬੁੱਢਾ ਸਾਹਿਬ ਜੀ ਉੱਥੇ ਹੀ ਰਹੇ। ਖਾਲਸਾ ਜੀ, ਉੱਥੇ ਰੱਬ ਦਾ ਭਜਨ ਕਰੀ ਜਾਣਾ, ਸੇਵਾ ਸਾਧਨਾ ਕਰੀ ਜਾਣੀ। ਹੁਣ ਅੰਤਲਾ ਸਮਾਂ ਨੇੜੇ ਆਇਆ ਬੁੱਢਾ ਸਾਹਿਬ ਜੀ ਦਾ, ਜੋ ਦੋ ਚਾਰ ਦਿਨ ਪਹਿਲਾਂ ਆਪ ਜੀ ਨੇ ਸ਼ਰਵਣ ਕੀਤਾ ਹੀ ਸੀ ਨਾ। ਸ੍ਰੀ ਹਰਗੋਬਿੰਦਪੁਰੇ ਜਦੋਂ ਮਹਾਰਾਜ ਜੀ ਨੇ ਨੀਂਹ ਪੱਤਰ ਰੱਖਿਆ ਨਾ, ਇਹ ਨਗਰ ਵਸਾਇਆ ਸੀ, ਇਹਦਾ ਨਾਮ ਵੀ ਧਰਿਆ ਬੁੱਢਾ ਸਾਹਿਬ ਜੀ ਨੇ ਕਿ ਨਾਮ ਧਰੋ ਜੀ ਹਰਗੋਬਿੰਦਪੁਰਾ ਸਾਹਿਬ। ਤੇ ਉੱਥੋਂ ਬੁੱਢਾ ਸਾਹਿਬ ਜੀ ਜਦੋਂ ਆਗਿਆ ਲੈਣ ਲੱਗੇ ਨਾ ਮਹਾਰਾਜ ਜੀ ਤੋਂ, ਮਹਾਰਾਜ ਮੈਂ ਜਾਵਾਂ ਹੁਣ, ਉਦੋਂ ਬੇਨਤੀ ਕੀਤੀ ਸੀ ਕਿ ਮਹਾਰਾਜ ਜੀ ਮੇਰੀ ਇੱਕ ਤਮੰਨਾ ਹੈ। ਸਤਿਗੁਰ ਜੀ ਬੜੇ ਉਤਾਵਲੇ ਹੋ ਗਏ ਵੀ ਤੁਹਾਡੀ ਵੀ ਤਮੰਨਾ ਹੈ, ਕੋਈ ਬ੍ਰਹਮ ਗਿਆਨੀ ਵੀ ਕੋਈ ਇੱਛਾ ਕਰਦਾ ਹੈ? ਸਤਿਗੁਰ ਕਹਿਣ ਲੱਗੇ, ਦੱਸੋ ਬੁੱਢਾ ਸਾਹਿਬ ਤੁਹਾਡੀ ਕੀ ਤਮੰਨਾ ਹੈ? ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਜੀ ਜਦੋਂ ਮੇਰਾ ਅੰਤਲਾ ਸਮਾਂ ਨੇੜੇ ਆਵੇ ਨਾ, ਤੇ ਆਪ ਜੀ ਮਹਾਰਾਜ ਜ਼ਰੂਰ ਮੇਰੀ ਅੱਖਾਂ ਦੇ ਸਾਹਮਣੇ ਰਹਿਣਾ, ਤੁਹਾਡੇ ਦਰਸ਼ਨ ਕਰਦਿਆਂ ਮੈਂ ਸਰੀਰ ਤਿਆਗ ਦੇਵਾਂ, ਇਹ ਤਮੰਨਾ ਹੈ ਮੇਰੀ। ਸਤਿਗੁਰ ਕਹਿਣ ਲੱਗੇ, ਬੁੱਢਾ ਸਾਹਿਬ ਜੀ ਇਸੇ ਤਰ੍ਹਾਂ ਹੋਵੇਗਾ, ਅਸੀਂ ਜਿੱਥੇ ਵੀ ਹੋਵਾਂਗੇ ਨਾ ਤੁਹਾਡੇ ਕੋਲ ਉਸੇ ਵੇਲੇ ਪਹੁੰਚ ਜਾਵਾਂਗੇ। ਬਈ ਯਾਦ ਕਰਨਾ ਸਾਨੂੰ, ਜਾਂ ਸਾਨੂੰ ਆਪਣਾ ਸੱਦਾ ਭੇਜ ਦੇਣਾ, ਅਸੀਂ ਆਪ ਜੀ ਕੋਲ ਪਹੁੰਚ ਜਾਵਾਂਗੇ। ਤੇ ਬੁੱਢਾ ਸਾਹਿਬ ਜੀ ਆਪਣੇ ਗੁਰਸਿੱਖਾਂ ਨਾਲ, ਪਿਆਰੇ ਸੇਵਾਦਾਰ ਨਾਲ ਰਾਮਦਾਸ ਪਿੰਡ ਆ ਗਏ। ਤੇ ਉਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਰਗੋਬਿੰਦਪੁਰਾ ਸਾਹਿਬ, ਉੱਥੇ ਮਹਾਰਾਜ ਜੀ ਅਨੇਕ ਤਰ੍ਹਾਂ ਦੇ ਕੌਤਕ ਕਰ ਰਹੇ ਹਨ। ਤੇ ਬੁੱਢਾ ਸਾਹਿਬ ਨੇ ਹੁਣ ਜਾਣਿਆ ਕਿ ਮੇਰਾ ਅੰਤਲਾ ਸਮਾਂ ਨੇੜੇ ਆ ਗਿਆ ਹੈ, ਤੇ ਇੱਛਾ ਇਹੀ ਹੈ ਕਿ
ਇਹਨਾਂ ਨੇਤਰਾਂ ਸਾਹਮਣੇ ਦਰਸ਼ਨ ਕਰਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ। ਸੇਵਾਦਾਰ ਬੁਲਾਇਆ, ਭਾਈ ਗੁਰਸਿੱਖਾ ਛੇਤੀ ਜਾਓ ਅਤੇ ਮਹਾਰਾਜ ਨੂੰ ਬੁਲਾ ਕੇ ਲੈ ਕੇ ਆਓ। ਕਿ ਕਹਿਣਾ ਕਿ ਸਤਿਗੁਰ ਜੀ ਆ ਕੇ ਬਖਸ਼ਿਸ਼ ਕਰੋ, ਆਪਣੇ ਦਰਸ਼ਨ ਦਵੋ। ਉਹ ਗੁਰੂ ਕਾ ਪਿਆਰਾ ਬਹੁਤ ਕਾਹਲੀ ਨਾਲ ਗਿਆ ਖਾਲਸਾ ਜੀ। ਉਹ ਰਮਦਾਸ ਤੋਂ ਤੁਰਿਆ, ਤੁਰਦਾ ਤੁਰਦਾ ਖਾਲਸਾ ਜੀ ਉਹ ਹਰਗੋਬਿੰਦਪੁਰੇ ਸਾਹਿਬ ਪਹੁੰਚਿਆ। ਜਾ ਕੇ ਇਹਨੇ ਮੱਥਾ ਟੇਕਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ। ਸਤਿਗੁਰ ਜੀ, ਬਾਬਾ ਬੁੱਢਾ ਸਾਹਿਬ ਜੀ ਵੱਲੋਂ ਬੇਨਤੀ ਹੈ ਕਿ ਆ ਕੇ ਦਰਸ਼ਨ ਦਵੋ ਮਹਾਰਾਜ, ਤੁਹਾਡੇ ਦਰਸ਼ਨ ਕਰਕੇ ਮਹਾਰਾਜ ਉਹ ਨਿਹਾਲ ਹੋਣਾ ਚਾਹੁੰਦੇ ਹਨ। ਪਹਿਲਾਂ ਤਾਂ ਨਿਹਾਲ ਹੀ ਹਨ, ਪਰ ਫਿਰ ਵੀ ਮਹਾਰਾਜ ਤੁਹਾਡੀ ਕੋਈ ਬਖਸ਼ਿਸ਼ ਪ੍ਰਾਪਤ ਕਰਨਾ ਚਾਹੁੰਦੇ ਹਨ। ਸਤਿਗੁਰੂ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ, ਭਾਈ ਬਿਧੀ ਚੰਦ, ਭਾਈ ਗੁਰਦਾਸ ਆਦਿਕ ਸਿੱਖਾਂ ਨੂੰ ਨਾਲ ਲਿਆ, ਕੋਈ ਯੋਧੇ ਸੂਰਬੀਰ ਯੋਧੇ ਨਾਲ ਲਏ ਅਤੇ ਮਹਾਰਾਜ ਜੀ ਜਾਣ ਦੀ ਤਿਆਰੀ ਕਰਨ ਲੱਗੇ। ਉੱਥੇ ਖਾਸ ਸੈਨਾਪਤੀ ਨੂੰ ਆਖਿਆ, ਭਾਈ ਤੁਸੀਂ ਇੱਥੇ ਹੀ ਰਹਿਣਾ, ਤੁਹਾਡੇ ਨਾਲ ਫੌਜਾਂ ਰਹਿਣਗੀਆਂ। ਭਾਈ ਨਿਹਾਲਾ ਜੀ ਯੋਧੇ, ਉਹਨਾਂ ਵੱਲ ਕੁਛ ਯੋਧੇ ਸਨ ਖਾਲਸਾ ਜੀ, ਉਹਨਾਂ ਨੂੰ ਵੀ ਉੱਥੇ ਛੱਡਿਆ ਅਤੇ ਮਹਾਰਾਜ ਆਪ ਪੈਂਡਾ ਤੈਅ ਕਰਦੇ ਹੋਏ, ਗੁਰਦਾਸਪੁਰ ਦਾ ਇਲਾਕਾ ਹੈ ਜਿੱਥੇ ਭਗਤ ਨਾਮਦੇਵ ਜੀ ਜੋਤੀ ਜੋਤ ਸਮਾਏ ਸਨ, ਉਹ ਘੁਮਾਣ ਦਾ ਇਲਾਕਾ ਹੈ ਖਾਲਸਾ ਜੀ ਗੁਰਦਾਸਪੁਰ ਜ਼ਿਲ੍ਹੇ ਵਿੱਚ। ਅਤੇ ਉੱਥੋਂ ਮਹਾਰਾਜ ਜੀ ਨਤਮਸਤਕ ਹੁੰਦੇ ਹੋਏ ਜਦੋਂ ਰਮਦਾਸ ਪਹੁੰਚੇ ਹਨ, ਸੇਵਾਦਾਰ ਕਹਿਣ ਲੱਗੇ, ਬੁੱਢਾ ਸਾਹਿਬ ਜੀ ਮਹਾਰਾਜ ਜੀ ਆ ਰਹੇ ਹਨ। ਅਤੇ ਬੁੱਢਾ ਸਾਹਿਬ ਜੀ ਦੀ ਖਾਲਸਾ ਜੀ ਸਮਾਧੀ ਜੋੜੀ ਹੋਈ, ਧਿਆਨ ਜੁੜਿਆ ਹੋਇਆ। ਜਦੋਂ ਉੱਠ ਕੇ ਥੋੜ੍ਹਾ ਜਿਹਾ ਬਾਹਰ ਆਉਣ ਲੱਗੇ, ਤੁਰਿਆ ਨਾ ਜਾਵੇ, ਬਜ਼ੁਰਗੀ ਸਰੀਰ ਦੀ ਅਵਸਥਾ ਹੈ, ਥੋੜ੍ਹਾ ਜਿਹਾ ਤੁਰੇ ਉੱਥੇ ਹੀ ਬੈਠ ਗਏ। ਹੁਣ ਸਰੀਰ ਦੇ ਜਿਹੜੇ ਰੋਮ ਖੜ੍ਹੇ ਹੋ ਗਏ ਖਾਲਸਾ ਜੀ, ਉਹ ਇਸ ਤਰ੍ਹਾਂ ਖੜ੍ਹੇ ਹੋ ਗਏ ਜਿਵੇਂ ਕੰਡੇ ਹੋਣ ਖਾਲਸਾ ਜੀ। ਉਹ ਕਵੀ ਜੀ ਮਿਸਾਲ ਵੀ ਦੇ ਰਹੇ ਹਨ, ਕਟਹਰ, ਜਿਵੇਂ ਕਟਹਰ ਦੇ ਖਾਲਸਾ ਜੀ ਉਹ ਕੰਡੇ ਹੁੰਦੇ ਨੇ ਤਿੱਖੇ ਤਿੱਖੇ, ਇਸੇ ਤਰ੍ਹਾਂ ਸਰੀਰ ਦੇ ਰੋਮ ਖੜ੍ਹੇ ਹਨ ਪਰ ਤੁਰਿਆ ਨਹੀਂ ਜਾ ਰਿਹਾ। ਬੁੱਢਾ ਸਾਹਿਬ ਜੀ ਉੱਥੇ ਬੈਠ ਕੇ ਉੱਥੇ ਧਿਆਨ ਜੋੜ ਲਿਆ। ਇਤਨੀ ਦੇਰ ਨੂੰ ਮਹਾਰਾਜ ਜੀ ਆ ਗਏ, ਸਤਿਗੁਰ ਜੀ ਕੁਮਲੀ ਬੈਠ ਗਏ, ਥੱਲੇ ਭੁੰਜੇ ਬੈਠ ਗਏ। ਦੇਖਿਆ ਕਿ ਬਾਬਾ ਜੀ ਦੀ ਸਮਾਧੀ ਜੁੜੀ ਹੋਈ ਹੈ। ਅਸਲ ਸਮਾਧੀ ਇਹੀ ਹੈ ਖਾਲਸਾ ਜੀ, ਕਿ ਅੰਦਰ ਇੱਕੋ ਧਿਆਨ ਗੁਰੂ ਮਹਾਰਾਜ ਦਾ। ਤੇ ਜਦੋਂ ਅੱਖਾਂ ਖੋਲੀਆਂ ਬੁੱਢਾ ਸਾਹਿਬ ਜੀ ਨੇ, ਸਾਹਮਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੇ ਅੱਖਾਂ ਖੋਲਦੇ ਸਾਰ ਚਰਨਾਂ ਤੇ ਮੱਥਾ ਟੇਕਿਆ। ਸਤਿਗੁਰੂ ਜੀ ਕਹਿਣ ਲੱਗੇ, ਇਸ ਤਰ੍ਹਾਂ ਨਾ ਕਰੋ, ਤੁਸੀਂ ਬਜ਼ੁਰਗ ਹੋ, ਮਹਾਂਪੁਰਸ਼ ਹੋ, ਬ੍ਰਹਮ ਗਿਆਨੀ ਹੋ, ਮਹਾਰਾਜ ਜੀ ਨੇ ਮੱਥਾ ਟੇਕਿਆ, ਅਸੀਂ ਤੁਹਾਡੇ ਬੱਚੇ ਹਾਂ, ਤੁਹਾਡੇ ਕਰਕੇ ਸਾਡਾ ਪ੍ਰਕਾਸ਼ ਹੋਇਆ ਹੈ, ਜੇ ਤੁਸੀਂ ਬਚਨ ਨਾ ਕਰਦੇ, ਮਾਤਾ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ, ਬਾਬਾ ਜੀ ਤੁਹਾਡੇ ਕਰਕੇ ਸਾਡਾ ਸਰੀਰ ਦਾ ਆਗਮਨ ਹੋਇਆ ਹੈ, ਤੁਸੀਂ ਸਾਡੇ ਗੁਰੂ ਵੀ ਹੋ, ਸਾਡੇ ਜਨਮਦਾਤਾ ਵੀ ਹੋ, ਸਭ ਕੁਝ ਤੁਸੀਂ ਹੋ, ਮਹਾਂਪੁਰਸ਼ ਹੋ, ਬ੍ਰਹਮ ਗਿਆਨੀ ਆਪ ਪਰਮੇਸ਼ਰ ਪਰਮੇਸ਼ਰ ਹੋ। ਅਤੇ ਇਸ ਤਰ੍ਹਾਂ ਫਿਰ ਭਾਈ ਗੁਰਦਾਸ ਜੀ ਅਤੇ ਹੋਰ ਗੁਰਸਿੱਖ ਕਿਵੇਂ ਮੱਥਾ ਟੇਕ ਰਹੇ ਹਨ,
ਤੇ ਕਿਵੇਂ ਬੁੱਢਾ ਸਾਹਿਬ ਨੂੰ ਅੰਦਰ ਲਿਜਾ ਕੇ ਮਹਾਰਾਜ ਰੱਬ ਦੀਆਂ ਗੱਲਾਂ ਵੀ ਕਰਨਗੇ ਤੇ ਮਰਮ ਗਿਆਨੀ ਤੱਤ ਵੇਤੇ ਮਹਾਂਪੁਰਸ਼ ਬੁੱਢਾ ਸਾਹਿਬ ਹੁਣ ਕਿਵੇਂ ਪਰਲੋਕ ਗਮਨ ਕਰ ਰਹੇ ਹਨ। ਆਓ ਖਾਲਸਾ ਜੀਓ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਕਿਰਪਾ ਕਰਨ। ਜੋ ਬੁਲਾਵੇ ਹੈ ਤੋਂ ਬੋਲੇ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਆਓ ਮਹਾਰਾਜ ਜੀ ਤੋਂ ਹੀ ਇਹ ਵਿਚਾਰਾਂ ਸਰਵਣ ਕਰਨ ਲਈ ਅਸੀਂ ਸਾਰੇ ਹੀ ਆਪਣੇ ਮਨ ਨੂੰ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ। ਵਾਹਿਗੁਰੂ ਸਾਹਿਬ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਨੇ ਕੁਛ ਕਯੋ ਗਯੋ ਰਹਿ ਖਰੇ। ਖਾਲਸਾ ਜੀਓ, ਇਧਰ ਮਹਾਰਾਜ ਜੀ ਵੀ ਖੜੇ ਹੋ ਗਏ, ਬੁੱਢਾ ਸਾਹਿਬ ਜੀ ਵੀ ਖੜੇ ਹੋ ਗਏ, ਕਿਸੇ ਤੋਂ ਕੁਝ ਨਹੀਂ ਬੋਲਿਆ ਗਿਆ। ਖਾਲਸਾ ਜੀ, ਜਿੱਥੇ ਪ੍ਰੇਮ ਹੈ ਉੱਥੇ ਬੋਲਿਆ ਨਹੀਂ ਜਾਂਦਾ। ਬੁੱਢਾ ਸਾਹਿਬ ਦਾ ਗਲਾ ਭਰਿਆ ਹੋਇਆ ਹੈ, ਬੋਲਿਆ ਨਹੀਂ ਜਾ ਰਿਹਾ। ਤਬ ਗੁਰਦਾਸ ਬ੍ਰਿਧ ਪਗ ਧਰੇ। ਉਪਰੰਤ ਭਾਈ ਗੁਰਦਾਸ ਜੀ ਨੇ ਬੁੱਢਾ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਕਰ ਬੰਧਨ ਕੋ ਕੁਛ ਹਿਲਾਏ। ਜਦੋਂ ਬੰਦਨਾ ਕੀਤੀ, ਮੱਥਾ ਟੇਕਿਆ, ਥੋੜਾ ਜਿਹਾ ਹਿਲਾਇਆ ਕਿ ਬੁੱਢਾ ਸਾਹਿਬ ਜੀ ਉਠੋ, ਆਪਣੀ ਸਮਾਧੀ ਖੋਲੋ। ਪੰਕਜ ਤੇ ਲੋਚਨ ਬਿਤਸਾਏ। ਹਾਂਜੀ, ਕਮਲ ਵਰਗੇ ਨੇਤਰ ਬੁੱਢਾ ਸਾਹਿਬ ਜੀ ਦੇ ਜਦੋਂ ਖਿੜੇ ਹਨ। ਪ੍ਰੇਮ ਬੇਬਸ ਜਬ ਸਤ ਗੁਰ ਹੇਰੇ। ਪ੍ਰੇਮ ਦੇ ਬੇਬਸ ਹੋ ਕੇ ਕਿ ਪ੍ਰੇਮ ਦੁਆਰਾ ਯਾਦ ਕੀਤਾ ਤੇ ਸਾਹਮਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਸ਼ਨ ਦੇ ਰਹੇ ਹਨ। ਜਦੋਂ ਇਹਨਾਂ ਨੇਤਰਾਂ ਦੁਆਰਾ ਦਰਸ਼ਨ ਕੀਤੇ ਹਨ ਮਹਾਰਾਜ ਜੀ ਦੇ, ਪੂਰਨ ਗਏ ਪਾਏ ਤਿਸ ਬੇਰੇ। ਬੁੱਢਾ ਸਾਹਿਬ ਦਾ ਸੀਸ ਝੁਕ ਗਿਆ, ਇਹ ਹੱਥ ਚਰਨਾਂ ਵੱਲ ਚਲੇ ਗਏ ਮਹਾਰਾਜ ਜੀ ਦੇ ਤੇ ਇਕਦਮ ਜਾ ਕੇ ਮੱਥਾ ਟੇਕਿਆ ਹੈ। ਨਮਰ ਪਾਏ ਸ਼੍ਰੀ ਹਰਗੋਬਿੰਦ। ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਨਿਮਰਤਾ ਵਿੱਚ ਆਏ, ਹੁਣ ਬੋਲਿਆ ਨਾ ਜਾਵੇ ਕਿਸੇ ਤੋਂ। ਖਾਲਸਾ ਜੀ, ਉਹ ਅੰਦਰੋਂ ਅੰਦਰੀ ਮਹਾਰਾਜ ਵਿਚਾਰ ਕਰਦੇ, ਬੁੱਢਾ ਸਾਹਿਬ ਤੁਸੀਂ ਇਸ ਤਰ੍ਹਾਂ ਨਾ ਕਰੋ, ਤੁਸੀਂ ਤਾਂ ਆਪ ਪਰਮੇਸ਼ਰ ਹੋ, ਤੁਸੀਂ ਨਾ ਮੱਥਾ ਟੇਕੋ ਤੇ ਮਹਾਰਾਜ ਜੀ ਨੂੰ ਆਪ ਵੀ ਨੀਵਾ ਹੋਣਾ ਪਿਆ। ਗਹੇ ਬ੍ਰਿਧ ਕੇ ਪਦ ਅਰਬਿੰਦ। ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੁੱਢਾ ਸਾਹਿਬ ਜੀ ਦੇ ਚਰਨ ਵੀ ਪਕੜ ਲਏ। ਬੈਠਣ ਕੇ ਸਥਾਨ ਲੈ ਗਏ। ਅੰਦਰ ਬਹਿਣ ਦਾ ਸਥਾਨ ਹੈ ਨਾ ਬੁੱਢਾ ਸਾਹਿਬ ਜੀ ਦਾ, ਤੇ ਉਥੇ ਬੁੱਢਾ ਸਾਹਿਬ ਨੂੰ ਪਕੜ ਕੇ ਅੰਦਰ ਲੈ ਗਏ ਹਨ। ਸਭ ਸਿੱਖ ਬ੍ਰਿਧ ਤੋਂ ਬੰਦਤ ਪਏ। ਉਹ ਵਾਰੀ ਸਭ ਗੁਰਸਿੱਖਾਂ ਨੇ ਜਿਹੜੇ ਜਿਹੜੇ ਨਾਲ ਆਏ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ, ਬਾਬਾ ਬਿਧੀ ਚੰਦ ਜੀ, ਭਾਈ ਗੁਰਦਾਸ ਜੀ, ਹੋਰ ਜੋਧੇ ਜਿਹੜੇ ਨਾਲ ਆਏ, ਸਭਨਾਂ ਨੇ ਵਾਰੋ ਵਾਰੀ ਮੱਥਾ ਟੇਕਿਆ ਹੈ ਬੁੱਢਾ ਸਾਹਿਬ ਜੀ ਨੂੰ। ਏਕੇ ਸਿੱਖ ਗੁਰ ਕੋ ਕੀਏ ਨਮੋ। ਬੁੱਢਾ ਸਾਹਿਬ ਜੀ ਦੇ ਸੇਵਾਦਾਰ ਸਨ ਰਮਦਾਸ ਦੇ ਇਲਾਕੇ ਦੇ, ਤੇ ਉਹਨਾਂ ਸੇਵਾਦਾਰਾਂ ਨੇ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ।
ਬੈਠਤ ਪਏ ਬ੍ਰਿੰਦ ਤੇ ਸਮੋ। ਉਸ ਵੇਲੇ ਸਾਰੇ ਮਹਾਰਾਜ ਜੀ ਦੇ ਕੋਲ ਬੈਠ ਗਏ, ਬੁੱਢਾ ਸਾਹਿਬ ਜੀ ਸਾਹਮਣੇ ਬੈਠੇ, ਇਧਰ ਮਹਾਰਾਜ ਜੀ ਬੈਠ ਗਏ, ਆਮੋ ਸਾਹਮਣੇ ਹੋਰ ਗੁਰੂ ਕੇ ਪਿਆਰੇ ਵੀ ਬੈਠ ਗਏ। ਬ੍ਰਿੰਦ ਸਾਹਿਬ ਕਰ ਜੋੜ ਉਚਾਰੀ, ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ, ਇਹ ਕੁਛ ਰੀਤ ਨਹੀਂ ਨਾ ਤੁਮਾਰੀ। ਐ ਸਤਿਗੁਰ ਜੀ, ਇਹ ਮਰਿਆਦਾ ਕੋਈ ਨਵੀਂ ਨਹੀਂ ਹੈ, ਇਹ ਸਤਿਗੁਰ ਜੀ ਤੁਹਾਡੀ ਮਰਿਆਦਾ ਹੈ। ਜਦੋਂ ਵੀ ਭਗਤਾਂ ਨੂੰ ਲੋੜ ਪੈਂਦੀ ਹੈ ਮਹਾਰਾਜ, ਆਪ ਜੀ ਨੰਗੇ ਪੈਰੀ ਦੌੜੇ ਆਉਂਦੇ ਹੋ। ਛੱਡ ਸਿੰਘਾਸਣ ਹਰ ਜੀ ਆਏ, ਨੰਗੇ ਪੈਰੀ ਦੌੜ ਕੇ ਮਹਾਰਾਜ ਜੀ ਆਪ ਜੀ ਆ ਜਾਂਦੇ ਹੋ, ਇਹ ਤੁਹਾਡੀ ਮਰਿਆਦਾ ਮਹਾਰਾਜ ਮੁੜ ਕਦੀਮੀ ਹੈ, ਪਰੰਪਰਾ ਅਨੁਸਾਰ ਤੁਹਾਡੀ ਇਹੀ ਮਰਿਆਦਾ ਹੈ। ਦਾਸਨ ਬਸ ਹੋਏ ਕਰੁਣਾ ਕਰੋ, ਮਹਾਰਾਜ ਆਪਣੇ ਭਗਤਾਂ ਦੇ ਵਸ ਹੋ ਕੇ ਹਮੇਸ਼ਾ ਹੀ ਕਿਰਪਾ ਕਰਦੇ ਹੋ। ਜਦੋਂ ਭਗਤ ਤੁਹਾਨੂੰ ਯਾਦ ਕਰਦੇ ਨਾ ਕਿ ਮਹਾਰਾਜ ਆਓ ਦਰਸ਼ਨ ਦਵੋ, ਤੇ ਮਹਾਰਾਜ ਆਪ ਜੀ ਦੌੜ ਕੇ ਆਉਂਦੇ ਹੋ, ਇਹੀ ਤੁਹਾਡਾ ਬਿਰਦ ਹੈ। ਕਛੂ ਨਾ ਲੋਕ ਲਾਜ ਕੋ ਧਰਹੋ, ਤੁਸੀਂ ਲੋਕ ਲਾਜ ਨਹੀਂ ਧਾਰਨ ਕਰਦੇ ਕਿ ਮੈਂ ਗੁਰੂ ਹਾਂ ਮੈਂ ਕਿਉਂ ਜਾਵਾਂ। ਇਹ ਲੋਕ ਲਾਜ ਤੁਸੀਂ ਮਹਾਰਾਜ ਪਰੇ ਕਰਕੇ ਨਾ ਆਪ ਦੌੜੇ ਆਉਂਦੇ ਹੋ। ਬਿਰਦ ਸੰਭਾਰ ਆਪਨੋ ਆਏ ਜੀ, ਇਹੀ ਤੁਹਾਡਾ ਮੁੱਢ ਕਦੀਮੀ ਧਰਮ ਹੈ। ਜੇ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸਵਾਮੀ ਸੰਦਾ, ਇਹੀ ਤੁਹਾਡਾ ਬਿਰਦ ਹੈ ਮਹਾਰਾਜ। ਕਿ ਜਿਹੜਾ ਵੀ ਆਪ ਜੀ ਨੂੰ ਯਾਦ ਕਰੇ ਪ੍ਰੇਮ ਦੇ ਵਸ ਹੋ ਕੇ, ਤੇ ਮਹਾਰਾਜ ਜੀ ਆਪ ਜੀ ਆਪਣਾ ਧਰਮ ਨਿਭਾਉਂਦੇ ਹੋ। ਮੇਰੋ ਅੰਤ ਸਮਾਂ ਨੇੜਾਏ, ਸਤਿਗੁਰ ਜੀ ਹੁਣ ਮੇਰਾ ਅੰਤਲਾ ਸਮਾਂ ਨੇੜੇ ਆ ਗਿਆ ਹੈ। ਕਿਰਪਾ ਧਾਰ ਦਰਸ਼ਨ ਕੋ ਦੀਨਾ, ਆਪ ਜੀ ਨੇ ਬਹੁਤ ਕਿਰਪਾ ਕੀਤੀ, ਬਹੁਤ ਬਖਸ਼ਿਸ਼ ਕੀਤੀ ਮਹਾਰਾਜ, ਆਪ ਜੀ ਆਪਣੇ ਦਰਸ਼ਨ ਦੇ ਰਹੇ ਹੋ। ਨਿਤ ਸਿੱਖਨ ਬਸ ਗੁਰੂ ਪ੍ਰਬੀਨਾ, ਆਪ ਜੀ ਤਾਂ ਐਸੇ ਪ੍ਰਬੀਨ ਗੁਰੂ ਹੋ, ਪੂਰੇ ਗੁਰੂ ਹੋ ਮਹਾਰਾਜ, ਆਪਣੇ ਸਿੱਖਾਂ ਦੇ ਵਸ ਹੋ। ਜਿਹੜੇ ਸਿੱਖ ਪ੍ਰੇਮ ਦੀਆਂ ਡੋਰੀਆਂ ਪਾ ਕੇ ਤੁਹਾਨੂੰ ਯਾਦ ਕਰਦੇ ਨਾ, ਆਪ ਜੀ ਉਸ ਵੇਲੇ ਹਾਜ਼ਰ ਨਾਜ਼ਰ ਹੋ ਜਾਂਦੇ ਹੋ। ਸੁਣ ਸ਼੍ਰੀ ਗੁਰ ਸ਼ੁਭ ਉੱਤਰ ਦੀਨਾ, ਸਾਹਿਬ ਜੀ ਦੇ ਇਹ ਪ੍ਰੇਮ ਭਰੇ ਬਚਨ ਸੁਣ ਕੇ ਨਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਹਨ, ਤੁਮ ਸਿੱਖੀ ਮਗ ਉਜਲ ਕੀਨਾ। ਸਾਹਿਬ ਜੀ ਆਪ ਜੀ ਨੇ ਸਿੱਖੀ ਦਾ ਰਸਤਾ ਉਜਲਾ ਕਰ ਦਿੱਤਾ ਹੈ, ਤੁਸਾਂ ਨੇ ਐਸੀ ਲੀਹਾਂ ਪਾਈਆਂ, ਐਸਾ ਪੰਥ ਬਣਾਇਆ ਸਿੱਖੀ ਦਾ ਕਿ ਅੱਜ ਤੋਂ ਬਾਅਦ ਤੁਹਾਨੂੰ ਸਾਰੇ ਯਾਦ ਕਰਨਗੇ। ਤੁਹਾਡੇ ਕਰਕੇ ਸਿੱਖੀ ਦਾ ਪੰਥ ਇਹ ਮਗ ਉਜਲਾ ਹੋਇਆ ਹੈ, ਤੁਸੀਂ ਧੰਨ ਹੋ ਧੰਨ ਹੋ। ਰਾਵਰ ਕੋ ਆਚਰਨ ਗਹੇਂਗੇ, ਸਾਹਿਬ ਜੀ ਤੁਹਾਡਾ ਆਚਰਣ, ਤੁਹਾਡਾ ਕਿਰਦਾਰ, ਤੁਹਾਡਾ ਜੀਵਨ ਸਭ ਗ੍ਰਹਿਣ ਕਰਨਗੇ। ਤੇ ਮਿਸਾਲ ਦੇਣੀ ਹੋਵੇ ਨਾ, ਗੁਰੂ ਨਾਨਕ ਮਹਾਰਾਜ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, 10 ਗੁਰੂ ਸਾਹਿਬਾਨ,
ਤੇ ਖਾਲਸਾ ਜੀ ਅੱਜ ਵੀ ਜੇ ਕਿਸੇ ਗੁਰਸਿੱਖ ਦੀ ਮਿਸਾਲ ਦੇਣੀ ਹੋਵੇ ਬੁੱਢਾ ਸਾਹਿਬ ਜੀ ਦਾ ਨਾਮ ਪਹਿਲੇ ਤੌਰ ਤੇ ਆਉਂਦਾ ਹੈ ਖਾਲਸਾ ਜੀ। ਸਤਿਗੁਰੂ ਕਹਿਣ ਲੱਗੇ ਬੁੱਢਾ ਸਾਹਿਬ ਜੀ ਤੁਹਾਡਾ ਕਿਰਦਾਰ ਹੀ ਐਸਾ ਹੈ, ਜੀਓ ਨਿਰਮਲ ਬਾਹਰੋ ਨਿਰਮਲ, ਤੁਸੀਂ ਐਸੀ ਅਵਸਥਾ ਵਾਲੇ ਹੋ ਬ੍ਰਹਮ ਗਿਆਨੀ ਆਪ ਪਰਮੇਸ਼ਰ, ਤੁਸੀਂ ਐਸੀ ਅਵਸਥਾ ਵਾਲੇ ਹੋ। ਬੁੱਢਾ ਸਾਹਿਬ ਜੀ ਤੁਸੀਂ ਧਨ ਹੋ ਧਨ ਹੋ, ਤਤ ਵੇਤੇ ਮਹਾਂਪੁਰਸ਼ੋ, ਤੁਹਾਡਾ ਆਚਰਣ, ਤੁਹਾਡਾ ਕਿਰਦਾਰ, ਤੁਹਾਡੀ ਰਹਿਣੀ ਬਹਿਣੀ, ਤੁਹਾਡਾ ਜੀਵਨ ਸਭ ਯਾਦ ਕਰਨਗੇ ਤੇ ਤੁਹਾਡੇ ਜੀਵਨ ਅਨੁਸਾਰ ਸਭ ਤੁਰਨਗੇ। ਸੋ ਸਿੱਖ ਅਗ ਬਨਹੀ ਨਾ ਦਹੇਂਗੇ, ਜਿਹੜਾ ਗੁਰੂ ਕਾ ਪਿਆਰਾ ਰੋਜ਼ ਉੱਠ ਕੇ ਯਾਦ ਕਰੇਗਾ ਧੰਨ ਬਾਬਾ ਬੁੱਢਾ ਸਾਹਿਬ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਬੰਦਾ ਗਰਭ ਜੋਨੀ ਦੀ ਅਗਨੀ ਵਿੱਚ ਨਹੀਂ ਜਾਵੇਗਾ, ਜਨਮਾਂ ਦੀ ਅੱਗ ਵਿੱਚ ਨਹੀਂ ਸੜੇਗਾ, ਨਰਕਾਂ ਦੀ ਅੱਗ ਵਿੱਚ ਨਹੀਂ ਜਾਵੇਗਾ, ਜਿਹੜਾ ਕਵੇਗਾ ਧੰਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਤਤ ਵੇਤੇ ਮਹਾਂਪੁਰਸ਼। ਖਾਲਸਾ ਜੀ ਉਹ ਮਾਝੇ ਦਾ ਇਲਾਕਾ ਘਰ ਘਰ ਬੁੱਢਾ ਸਾਹਿਬ ਨੂੰ ਯਾਦ ਕੀਤਾ ਜਾਂਦਾ ਖਾਲਸਾ ਜੀ। ਉਹ ਧੰਨ ਗੁਰੂ ਕੇ ਪਿਆਰੇ ਹਨ ਤੇ ਬੁੱਢਾ ਸਾਹਿਬ ਜੀ ਜਿਹੜੇ ਜਿਹੜੇ ਤੁਹਾਨੂੰ ਯਾਦ ਕਰਨਗੇ ਨਾ ਕੋਈ ਵੀ ਗੁਰੂ ਕਾ ਪਿਆਰਾ, ਤੇ ਉਹ ਗੁਰੂ ਕਾ ਪਿਆਰਾ ਨਰਕਾਂ ਦੀ ਅਗਨੀ ਤੋਂ ਬਚ ਜਾਵੇਗਾ। ਤੋਰ ਨਾਮ ਲੈ ਸਿੱਖੀ ਤਰੇ, ਕਹੋ ਕਿਉਂ ਨਾ ਪਾਵ ਸਾਧ ਤਰੇ। ਜੀ ਤੁਹਾਡੀ ਕੀ ਉਪਮਾ ਕਰੀਏ, ਤੁਹਾਡਾ ਨਾਮ ਲੈ ਕੇ ਗੁਰੂ ਕੇ ਪਿਆਰੇ ਸਿੱਖੀ ਧਾਰਨ ਕਰਨਗੇ, ਜਿਹੜੇ ਜਿਹੜੇ ਸਿੱਖ ਬਣਨਗੇ ਸਿੱਖੀ ਧਾਰਨ ਕਰਨਗੇ, ਦੱਸੋ ਉਹ ਕਿਉਂ ਨਹੀਂ ਤਰਨਗੇ, ਜ਼ਰੂਰ ਤਰਨਗੇ, ਜ਼ਰੂਰ ਉਹਨਾਂ ਦਾ ਬੇੜਾ ਪਾਰ ਹੋਵੇਗਾ ਐਸੇ ਰੱਬ ਦੇ ਪਿਆਰੇ ਜਿਹੜੇ ਤੁਹਾਡੇ ਜੀਵਨ ਅਨੁਸਾਰ ਤੁਰਨਗੇ। ਇਤਿਆਦਕ ਬਹੁ ਆਪਸ ਮਾਈ, ਇਤਿਆਦਕ ਬਹੁਤ ਵਿਚਾਰਾਂ ਹੋਈਆਂ ਬੁੱਢਾ ਸਾਹਿਬ ਜੀ ਦੀਆਂ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ। ਕਹੀ ਸੁਣੀ ਮੈਂ ਮਾਥਿਤ ਪਾਈ, ਉੱਥੇ ਬੁੱਢਾ ਸਾਹਿਬ ਮਹਾਰਾਜ ਦੀ ਉਪਮਾ ਕਰ ਰਹੇ ਹਨ ਤੇ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਬੁੱਢਾ ਸਾਹਿਬ ਜੀ ਦੀ ਉਪਮਾ ਕਰ ਰਹੇ ਹਨ। ਸੁੰਦਰ ਮੰਦਰ ਅੰਦਰ ਡੇਰਾ, ਫਿਰ ਬੁੱਢਾ ਸਾਹਿਬ ਜੀ ਨੇ ਆਖਿਆ ਭਾਈ ਰੱਬ ਦੇ ਪਿਆਰਿਓ ਅੰਦਰ ਡੇਰਾ ਕਰਾਓ ਮਹਾਰਾਜ ਜੀ ਦਾ, ਜਿੱਥੇ ਅੰਦਰ ਬੜਾ ਸੋਹਣਾ ਕਮਰਾ ਹੈ ਨਾ ਤੇ ਉੱਥੇ ਟਿਕਾਣਾ ਕਰਾਇਆ ਹੈ ਮਹਾਰਾਜ ਜੀ ਦਾ। ਕਰਵਾਇਓ ਸਾਦਰ ਤਿਸ ਬੇਰਾ, ਧੰਨ ਬਾਬਾ ਬੁੱਢਾ ਸਾਹਿਬ ਜੀ ਤਤ ਵੇਤੇ ਮਹਾਂਪੁਰਸ਼ਾਂ ਨੇ ਆਪਣੇ ਪਿਆਰਿਆਂ ਨੂੰ ਕਹਿ ਕੇ ਭਾਈ ਸਿੱਖੋ ਅੰਦਰ ਡੇਰਾ ਕਰਾਓ, ਤੇ ਆਪ ਜਾ ਕੇ ਅੰਦਰ ਟਿਕਾਣਾ ਕਰਾਇਆ ਮਹਾਰਾਜ ਜੀ ਦਾ। ਜਥਾ ਯੋਗ ਸਭ ਕੋ ਸੁਖ ਦਇਓ, ਇਸ ਨੂੰ ਜੋ ਸੁਖ ਚਾਹੀਦਾ ਸੀ, ਕਿਸੇ ਨੂੰ ਪਾਣੀ, ਕਿਸੇ ਨੂੰ ਹੋਰ ਜੋ ਲੋੜ ਹੈ, ਸਭ ਜਲ ਪਾਣੀ ਚੁਕਾਇਆ ਤੇ ਸਭ ਸੁਖ ਵਰਤਾਏ ਹਨ। ਦੇਗ ਪ੍ਰਸਾਦ ਤਿਆਰ ਤਬ ਪਇਓ, ਇਹਨੂੰ ਗੁਰੂ ਕਾ ਲੰਗਰ ਵੀ ਤਿਆਰ ਹੋ ਗਿਆ ਖਾਲਸਾ ਜੀ। ਸ਼ਾਮ ਦਾ ਸਮਾਂ ਹੈ, ਰਾਤਰੀ ਬੈਠ ਹੋਣ ਵਾਲੀ ਹੈ, ਲਗਭਗ ਰਾਤ ਹਨੇਰਾ ਪੈਣਾ ਸ਼ੁਰੂ ਹੋ ਗਿਆ ਹੈ।
ਤੇ ਸਾਰੀ ਸੰਗਤ ਵੀ ਜਿਹੜੇ ਜਿਹੜੇ ਗੁਰੂ ਕੇ ਪਿਆਰੇ ਆਏ ਯੋਧੇ ਆਏ ਸਭ ਨੂੰ ਕਤਾਰ ਚ ਬਿਠਾ ਕੇ ਲੰਗਰ ਛਕਾਇਆ ਹੈ। ਭਾਂਤ ਭਾਂਤ ਕੇ ਭੋਜਨ ਕਰੇ, ਵੱਖ ਤਰ੍ਹਾਂ ਦੇ ਭੋਜਨ, ਕੋਈ ਖੱਟੇ, ਕੋਈ ਮਿੱਠੇ, ਕੋਈ ਹੋਰ ਨਮਕੀਨ ਆਦਿਕ, ਕੋਈ ਹੋਰ ਤਰ੍ਹਾਂ ਦੇ ਭੋਜਨ ਜਿਹੜੇ ਗੁਰੂ ਘਰ ਤਿਆਰ ਹੀ ਹੁੰਦੇ ਖਾਲਸਾ ਜੀ, ਉਹ ਸਭ ਵਰਤਾਏ ਜਾ ਰਹੇ ਹਨ। ਮਧੁਰ ਤੁਰਸ਼ ਬੋ ਸਵਾਦਨ ਪਰੇ, ਮਧੁਰ ਹੈ, ਕੋਈ ਨਮਕੀਨ ਹੈ, ਕੋਈ ਖੱਟੇ ਆਦਿਕ, ਇਹ ਬੜੇ ਸਵਾਦ ਨਾਲ ਭਰੇ ਹੋਏ ਭੋਜਨ ਪ੍ਰਸ਼ਾਦੇ ਇਹ ਵਰਤਾਏ ਜਾ ਰਹੇ ਹਨ। ਨਿਕਟ ਬੈਠ ਗੁਰ ਕੋ ਅਚਵਾਇਓ, ਸਾਹਿਬ ਜੀ ਸਾਹਮਣੇ ਬੈਠੇ ਹਨ, ਆਪ ਦਰਸ਼ਨ ਕਰੀ ਜਾ ਰਹੇ ਮਹਾਰਾਜ ਜੀ ਦੇ, ਆਪ ਕੋਲ ਬੈਠ ਕੇ ਸਿੱਖੋ ਇਹ ਵੀ ਲਿਆਓ, ਇਹ ਪ੍ਰਸ਼ਾਦਾ ਹੋਰ ਲਿਆਓ, ਇਹ ਦਾਲਾ ਭਾਜਾ ਹੋਰ ਲਿਆਓ, ਇਹ ਸਲਾਦ ਲੈ ਕੇ ਆਓ। ਇਸ ਤਰ੍ਹਾਂ ਬੁੱਢਾ ਸਾਹਿਬ ਸਭ ਚੰਗੀ ਤਰ੍ਹਾਂ ਸੇਵਾ ਆਪ ਕਰਵਾ ਰਹੇ ਹਨ। ਉਨ ਸਭ ਸੈਨਾ ਕੋ ਵਰਤਾਇਓ, ਸਾਰੀ ਸੈਨਾ ਜਿਤਨੇ ਯੋਧੇ ਆਏ ਸਭ ਨੇ ਲੰਗਰ ਛਕਿਆ ਹੈ। ਸੁਪਤਨ ਸਮੇ ਜਾਨ ਬ੍ਰਿਧ ਪਾਈ, ਜਦੋਂ ਰਾਤਰੀ ਦਾ ਸਭਾ ਨੇੜੇ ਆਇਆ ਤੇ ਬੁੱਢਾ ਸਾਹਿਬ ਨੇ ਜਾਣਿਆ ਵੀ ਮਹਾਰਾਜ ਜੀ ਨੇ ਆਰਾਮ ਕਰਨਾ ਹੈ, ਤੇ ਆਰਾਮ ਕਰਨ ਦਾ ਸਮਾਂ ਨੇੜੇ ਜਾਣ ਕੇ ਬ੍ਰਿਧ ਸੇਜਾ ਸੁੰਦਰ ਦਸਵਾਈ, ਬੜੀ ਸੁੰਦਰ ਕੋਮਲ ਸਹਿਜਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲਈ ਉਹ ਤਿਆਰ ਕਰਵਾਈ ਹੈ। ਮਾਸ ਨੇ ਆਪਣੋ ਤਬ ਕੀਨ, ਨਾਲ ਹੀ ਪੁੰਜੇ ਲੇਟ ਗਏ ਬੁੱਢਾ ਸਾਹਿਬ, ਆਪਣਾ ਆਸਨ ਥੱਲੇ ਰੱਖਿਆ, ਪੂਮ ਆਸਨ ਧਰਤੀ ਦੇ ਆਸਨ ਕੀਤਾ, ਮਹਾਰਾਜ ਦਾ ਆਸਨ ਉੱਤੇ ਹੈ ਤੇ ਬੁੱਢਾ ਸਾਹਿਬ ਦਾ ਆਸਨ ਥੱਲੇ, ਬੁੱਢਾ ਸਾਹਿਬ ਨੇ ਆਪਣਾ ਤਿਆਰ ਕਰਵਾਇਆ ਹੈ। ਸ੍ਰੀ ਹਰਗੋਬਿੰਦ ਸਭ ਬਿਦ ਚੀਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਣਦੇ ਹਨ ਸਭ ਬਿਦ ਚੀਨ, ਜਿਨ੍ਹਾਂ ਨੇ ਚੰਗੀ ਤਰ੍ਹਾਂ ਜਾਣ ਲਿਆ। ਤਜ ਸੇਜਾ ਪੂਮਾਸਨ ਕਰੇ, ਮਹਾਰਾਜ ਜੀ ਉਹ ਉੱਚੀ ਸਹਿਜਾ ਛੱਡ ਕੇ ਨਾ, ਜਿਹੜੇ ਪਲੰਘੇ ਤੇ ਬੜਾ ਸੋਹਣਾ ਮਖਮਲੀ ਆਸਨ ਲਵਾਇਆ ਸੀ ਤੇ ਮਹਾਰਾਜ ਜੀ ਉਹਨੂੰ ਛੱਡ ਕੇ ਆਪਣਾ ਆਸਨ ਥੱਲੇ ਕਰਵਾਇਆ। ਨਹੀਂ ਬੁੱਢਾ ਸਾਹਿਬ ਜੀ, ਅਸੀਂ ਥੱਲੇ ਆਸਨ ਲਾਵਾਂਗੇ, ਅੱਜ ਤੁਹਾਡੇ ਨਾਲ ਹੀ ਆਰਾਮ ਕਰਾਂਗੇ, ਤੇ ਇਸ ਤਰ੍ਹਾਂ ਥੱਲੇ ਹੀ ਆਸਨ ਲਵਾਇਆ ਹੈ। ਬ੍ਰਿਧ ਸਾਹਿਬ ਕੇ ਟਿਗ ਗੁਰ ਥਿਰੇ, ਬੁੱਢਾ ਸਾਹਿਬ ਜੀ ਨਾਲ ਇੱਕ ਆਸਨ ਤੇ ਨਾਲ ਦੂਜਾ ਆਸਨ ਹੈ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਸਨ ਦੋ ਹਨ, ਪਰ ਦੋਵੇਂ ਆਸਨ ਹੁਣ ਇੱਕ ਹੋ ਗਏ ਖਾਲਸਾ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਮਹਾਰਾਜ ਜੀ ਵੀ ਇਹਨਾਂ ਦੇ ਆਸਨ ਤੇ ਆ ਗਏ, ਨਹੀਂ ਅੱਜ ਇਕੱਠੇ ਆਰਾਮ ਕਰਾਂਗੇ, ਅੱਜ ਇਕੱਠੇ ਰੱਬ ਦੀਆਂ ਗੱਲਾਂ ਕਰਾਂਗੇ, ਸੋਣਾ ਥੋੜੀ ਹੁੰਦਾ ਹੈ, ਅੱਜ ਅਖੀਰਲੀ ਰਾਤ ਹੈ, ਕੀਰਤਨ ਹੋਆ ਰਹਿਣ ਸਵਾਈ, ਰੱਬ ਦਾ ਕੀਰਤਨ ਹੀ ਕਰਾਂਗੇ, ਰੱਬ ਦੀ ਵਡਿਆਈ ਹੋਵੇਗੀ। ਤੇ ਇਸ ਤਰ੍ਹਾਂ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਤੇ ਬੁੱਢਾ ਸਾਹਿਬ ਜੀ ਵੀ ਇੱਕੋ ਆਸਨ ਤੇ ਆਪ ਬੈਠੇ ਹਨ। ਨਿਸਮੇ ਬਚਨ ਬਿਲਾਸ ਕਰੰਤ, ਸਾਰੀ ਰਾਤ ਰੱਬ ਦੀਆਂ ਗੱਲਾਂ ਕਰਨ ਲਈ, ਰੱਬ ਦਾ ਨਾਮ ਜਪਣ ਲਈ, ਗੁਰਬਾਣੀ ਦੀ ਵਿਚਾਰਾ ਕਰਨ ਲਈ ਉੱਥੇ ਟਿਕਾਏ ਮਾਨ ਹੋਏ ਹਨ। ਭਗਤ ਪਾਏ ਸ਼੍ਰੀ ਗੁਰ ਭਗਵੰਤ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਚਾਰਨ ਕਰਨ ਲੱਗੇ, ਸ਼੍ਰੀ ਨਾਨਕ ਆਦਿਕ ਗੁਰ ਸਾਰੇ। ਸਾਹਿਬ ਜੀ, ਆਪ ਜੀ ਨੇ ਤਾਂ ਧੰਨ ਗੁਰੂ ਨਾਨਕ ਮਹਾਰਾਜ,
ਧੰਨ ਗੁਰੂ ਅੰਗਦ ਦੇਵ ਮਹਾਰਾਜ, ਸਾਰੇ ਗੁਰੂ ਸਾਹਿਬਾਨ ਦੀ ਸੇਵਾ ਵੀ ਕੀਤੀ ਹੈ। ਤੁਹਾਡਾ ਸਰੀਰ ਤਾਂ ਗੁਰੂ ਨਾਨਕ ਮਹਾਰਾਜ ਜੀ ਵੇਲੇ ਉਦੋਂ ਸ਼ੁਰੂ ਹੋਇਆ ਸੀ ਨਾ, ਸਰੀਰ ਤਾਂ ਉਦੋਂ ਹੀ ਸ਼ੁਰੂ ਹੋਇਆ ਹੈ। ਤੇ ਬੁੱਢਾ ਸਾਹਿਬ ਜੀ, ਤੁਸੀਂ ਸਭ ਗੁਰੂ ਸਾਹਿਬਾਨ ਦੀ ਸੇਵਾ ਨਿਭਾਈ ਹੈ। ਰਹੇ ਨਿਕਟ ਸਭ ਰੀਤ ਨਿਹਾਰੇ, ਚੰਗੀ ਤਰ੍ਹਾਂ ਦਰਸ਼ਨ ਕੀਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ, ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਅਰਜਨ ਦੇਵ ਮਹਾਰਾਜ। ਆਪ ਜੀ ਸਭ ਗੁਰੂ ਸਾਹਿਬਾਨ ਦੇ ਦਰਸ਼ਨ ਕਰਦੇ ਰਹੇ, ਉਹਨਾਂ ਦੀ ਸੇਵਾ ਕਰਦੇ ਰਹੇ, ਭਜਨ ਬੰਦਗੀ ਕਰਦੇ ਰਹੇ। ਜਿਹੜੇ ਜਿਹੜੇ ਉਹਨਾਂ ਨੇ ਕੋਤਕ ਕੀਤੇ, ਆਪ ਜੀ ਨੇ ਸਭ ਦਰਸ਼ਨ ਕੀਤੇ ਹਨ। ਹਾਨ ਲਾਭ ਸਭ ਬਿਦਈ ਜਾਨੋ, ਉਦੋਂ ਕਿਸ ਕਿਸ ਨੂੰ ਬਖਸ਼ਿਸ਼ ਮਿਲੀ ਆਪ ਸਭ ਜਾਣਦੇ ਹੋ, ਕਿਸ ਕਿਸ ਨੂੰ ਨੁਕਸਾਨ ਮਿਲਿਆ। ਜਿਹੜੇ ਬੰਦੇ ਅੜੇ ਉਹ ਝੜ ਵੀ ਗਏ, ਜਿਹੜੇ ਈਰਖਾ ਕਰਦੇ ਤਪੇ ਵਰਗੇ ਉਹ ਵੀ ਡੁੱਬ ਗਏ, ਉਹਨਾਂ ਦੀ ਬੋਟੀਆਂ ਬੋਟੀਆਂ ਹੋ ਗਈਆਂ। ਤੇ ਬੁੱਢਾ ਸਾਹਿਬ ਜੀ, ਉਸ ਵੇਲੇ ਕਿਸ ਤੇ ਬਖਸ਼ਿਸ਼ ਹੋਈ ਤੇ ਕਿਹਦਾ ਨੁਕਸਾਨ ਹੋਇਆ ਆਪ ਸਭ ਜਾਣਦੇ ਹੋ। ਮੁਝ ਪ੍ਰਤ ਕੁਛ ਉਪਦੇਸ਼ ਬਖਾਨੋ, ਪੁਰਸ਼ੋ ਕੁਝ ਵਿਚਾਰ ਬਿਆਨ ਕਰੋ, ਆਪਣੇ ਅੰਦਰਲਾ ਗਿਆਨ ਬਾਹਰ ਕੱਢੋ। ਜਿਹੜੇ ਜਿਹੜੇ ਦਰਸ਼ਨ ਕੀਤੇ ਆਪ ਜੀ ਨੇ ਮਹਾਰਾਜ ਜੀ ਦੇ, ਸੇਵਕ ਜਾਨ ਦਇਆ ਰਸ ਧਰੀਐ, ਮਹਾਰਾਜ ਜੀ ਵੀ ਨੀਵੇਂ ਹੋ ਗਏ। ਦੋਵੇਂ ਹਨ, ਰਾਤ ਨੂੰ ਹੋਰ ਕੋਈ ਆਲੇ ਦੁਆਲੇ ਨਹੀਂ ਹੈ, ਇੱਕੋ ਕਮਰੇ ਵਿੱਚ, ਬੁੱਢਾ ਸਾਹਿਬ ਜੀ ਇੱਕੋ ਆਸਨ ਤੇ, ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਉਸੇ ਆਸਨ ਤੇ। ਤੇ ਸਤਿਗੁਰੂ ਜੀ ਕਹਿਣ ਲੱਗੇ, ਬੁੱਢਾ ਸਾਹਿਬ ਜੀ ਬਖਸ਼ਿਸ਼ ਕਰੋ, ਆਪਣਾ ਸੇਵਕ ਜਾਣ ਕੇ, ਆਪਣਾ ਪੁੱਤਰ ਜਾਣ ਕੇ, ਪਿਆਰਾ ਜਾਣ ਕੇ ਬਖਸ਼ਿਸ਼ ਕਰੋ, ਕੁਝ ਦਇਆ ਕਰੋ। ਅੰਮ੍ਰਿਤ ਭਰੇ ਬਚਨ, ਅੰਮ੍ਰਿਤਮਈ ਗਿਆਨ ਆਪਣੇ ਅੰਦਰੋਂ ਬਾਹਰ ਕੱਢੋ। ਕੁਝ ਗੱਲਾਂ ਸੁਣਾਓ ਗੁਰੂ ਨਾਨਕ ਮਹਾਰਾਜ ਦੀਆਂ, ਕਥਾ ਸੁਣਾਓ ਗੁਰੂ ਅੰਗਦ ਦੇਵ ਮਹਾਰਾਜ ਦੀ, ਵਾਰਤਾ ਸੁਣਾਓ ਗੁਰੂ ਅਮਰਦਾਸ ਮਹਾਰਾਜ ਜੀ ਕਿ ਕਿਵੇਂ ਕਿਵੇਂ ਉਹਨਾਂ ਨੇ ਬਖਸ਼ਿਸ਼ ਕੀਤੀ ਹੈ। ਸੀਚਾ ਪਲੀ ਬਤਾਵਨ ਕਰੀਐ, ਸਾਹਿਬ ਜੀ ਕਿਰਪਾ ਕਰੋ, ਸਾਨੂੰ ਚੰਗੀ ਸਿੱਖਿਆ ਸੁਣਾਓ ਮਹਾਰਾਜ ਦੀ, ਕਿਹੜੀ ਕਿਹੜੀ ਸਿੱਖਿਆ ਗੁਰੂ ਨਾਨਕ ਮਹਾਰਾਜ ਜੀ ਨੇ ਦੁਨੀਆਂ ਨੂੰ ਬਖਸ਼ਿਸ਼ ਕੀਤੀ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹੜਾ ਗਿਆਨ ਸਮਾਜ ਨੂੰ ਦਿੱਤਾ ਸੀ, ਉਹ ਗਿਆਨ ਸਾਨੂੰ ਵੀ ਦਵੋ। ਸੁਨ ਬਿਦ ਕਯੋ ਆਪ ਨਾਰਾਇਣ, ਧੰਨ ਬਾਬਾ ਬੁੱਢਾ ਸਾਹਿਬ ਜੀ ਸੁਣ ਕੇ ਹੋਰ ਨੀਵੇਂ ਹੋ ਗਏ। ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰੋ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੋ। ਸਤਿਗੁਰ ਜੀ ਤੁਸੀਂ ਆਪ ਪਰਮੇਸ਼ਰ ਹੋ ਮਹਾਰਾਜ, ਆਪ ਅਕਾਲ ਪੁਰਖ ਸਰੂਪ ਹੋ ਸਤਿਗੁਰ ਜੀ। ਛਟਮ ਰੂਪ ਤੁਮ ਤਰਿਓ ਸੁਹਾਇਨ, ਜੀ ਤੁਸੀਂ ਹੁਣ ਛੇਵਾਂ ਸਰੂਪ ਧਾਰਨ ਕੀਤਾ ਹੈ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਇਹ ਮਹਾਰਾਜ ਤੁਹਾਡਾ ਇਹ ਛੇਵਾਂ ਜਾਮਾ ਹੈ। ਗਨ ਸਿੱਖਨ
ਗੋ ਦਿਜ ਅਰ ਤਰਨੀ। ਸਤਿਗੁਰੂ ਜੀ ਤੁਹਾਡਾ ਪ੍ਰਕਾਸ਼ ਇਸ ਕਰਕੇ ਹੋਇਆ ਹੈ, ਬਹੁਤ ਸਿੱਖਾਂ ਦਾ ਬੇੜਾ ਪਾਰ ਕਰਨਾ ਹੈ। ਕੋਈ ਬ੍ਰਾਹਮਣ ਹੈ, ਕੋਈ ਗਾਂ ਹੈ, ਗਊ ਗਰੀਬ ਹੈ, ਧਰਤੀ ਦਾ ਬੇੜਾ ਪਾਰ ਕਰਨਾ ਇਹ ਤੁਹਾਡੇ ਹੱਥ ਆਇਆ ਹੈ। ਬ੍ਰਾਹਮਣਾਂ ਦੀ ਲਾਜ ਰੱਖਣੀ ਇਹ ਤੁਹਾਡੇ ਹੱਥ ਆਈ ਹੈ। ਕੋਈ ਗਈ ਗਊ ਨੂੰ ਮਾਰੇ, ਕੋਈ ਗਰੀਬ ਨੂੰ ਮਾਰੇ, ਮਹਾਰਾਜ ਇਹ ਤੁਸੀਂ ਉਹਨਾਂ ਦਾ ਬੇੜਾ ਪਾਰ ਕਰਨ ਵਾਲੇ ਹੋ। ਇਸ ਕਰਕੇ ਆਪ ਜੀ ਦਾ ਆਗਮਨ ਹੋਇਆ ਹੈ। ਰੱਖਿਆ ਇਨ ਕਰਨੀ, ਤੁਹਾਡਾ ਇਹ ਸਰੀਰ ਦੁਨੀਆਂ ਵਿੱਚ ਇਸ ਕਾਰਨ ਆਇਆ ਹੈ ਕਿ ਇਹਨਾਂ ਸਭ ਦੀ ਰੱਖਿਆ ਕਰਨੀ ਹੈ। ਧਿਆਨ ਵਿਖੇ ਆਰਾਧਿਤ ਜੋਗੀ, ਜਿਹੜੇ ਜਿਹੜੇ ਜੋਗੀ ਆਪਣਾ ਧਿਆਨ ਲਗਾ ਕੇ ਆਪ ਜੀ ਨੂੰ ਯਾਦ ਕਰਦੇ ਹਨ, ਭੋਗਨ ਹਿਤ ਸੇਵਤ ਸਭ ਭੋਗੀ। ਕਈ ਜਿਹੜੇ ਦੁਨਿਆਵੀ ਭੁਗਤੀਆਂ ਲੈਣ ਲਈ, ਦੁਨਿਆਵੀ ਸੁੱਖ ਲੈਣ ਲਈ ਮਹਾਰਾਜ ਉਹ ਵੀ ਤੁਹਾਨੂੰ ਯਾਦ ਕਰਦੇ ਹਨ। ਬ੍ਰਹਮ ਆਤਮਾਨੰਦ ਸਰੂਪ, ਮਹਾਰਾਜ ਕੈਸੇ ਹੋ? ਬ੍ਰਹਮ ਆਤਮਾ ਸਰੂਪ ਹੋ ਮਹਾਰਾਜ, ਅਕਾਲ ਪੁਰਖ ਪਰਮਾਤਮਾ ਹੋ, ਟਿਕੇ ਹੋਏ ਹੋ ਸਤਿਗੁਰੂ ਜੀ, ਸਹਿਜ ਆਨੰਦ ਵਾਲੇ ਹੋ ਤੁਸੀਂ ਆਪ ਹੀ ਮਹਾਰਾਜ। ਤੂੰ ਜੋਗੀ ਅੰਦਰ ਜੋਗੀਆ, ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਤੁਹਾਡਾ ਅੰਤ ਮਹਾਰਾਜ ਕੌਣ ਪਾ ਲਵੇਗਾ। ਤੁਸੀਂ ਆਪ ਮਹਾਰਾਜ ਜੋਗੀਆਂ ਦੇ ਧਿਆਨ ਵਿੱਚ ਲੀਨ ਹੋ ਕੇ ਉਹਨਾਂ ਨੂੰ ਦਰਸ਼ਨ ਦੇ ਰਹੇ ਹੋ। ਜਿਹੜੇ ਭੋਗੀ ਹਨ ਉਹ ਵੀ ਤਾਂ ਕੋਈ ਭਜਨ ਕਰਨ ਵਾਲੇ, ਵੀ ਮਹਾਰਾਜ ਸਾਨੂੰ ਇਹ ਦੇ ਦਿਓ, ਇਹ ਸੁੱਖ ਦੇ ਦਿਓ, ਤੇ ਮਹਾਰਾਜ ਤੁਸੀਂ ਉਹਨਾਂ ਅੰਦਰ ਬੈਠ ਕੇ ਉਹਨਾਂ ਨੂੰ ਸੁੱਖ ਦੇਈ ਜਾ ਰਹੇ ਹੋ। ਤੇ ਜਿਹੜੇ ਬ੍ਰਹਮ ਆਤਮ ਤਤ ਵੇਤੇ ਮਹਾਂਪੁਰਸ਼, ਉਹ ਦਿਨ ਰਾਤ ਆਪ ਜੀ ਨੂੰ ਯਾਦ ਕਰਦੇ ਹਨ। ਤੁਸੀਂ ਬ੍ਰਹਮ ਸਰੂਪ ਬਣ ਕੇ ਉਹਨਾਂ ਅੰਦਰ ਬੈਠੇ ਹੋ ਮਹਾਰਾਜ, ਇਹ ਤੁਹਾਡਾ ਸਰੂਪ ਹੈ ਸਤਿਗੁਰੂ ਜੀ। ਆਪ ਹੀ ਗੁਰੂ ਨਾਨਕ ਮਹਾਰਾਜ ਬਣੇ ਹੋਏ, ਆਪ ਹੀ ਤੁਸੀਂ ਗੁਰੂ ਅੰਗਦ ਦੇਵ ਮਹਾਰਾਜ, ਸਾਰੇ ਜਾਮੇ ਆਪ ਜੀ ਨੇ ਧਾਰਨ ਕੀਤੇ ਹਨ। ਐਸੇ ਬ੍ਰਹਮ ਆਤਮਾ ਸਰੂਪ ਸਤਿਗੁਰੂ ਜੀ ਇਹ ਤੁਸੀਂ ਹੋ। ਧਾਨਤ ਅਚਰਜ ਚਲਤੀ ਅਨੂਪ, ਜੀ ਤੁਹਾਡੇ ਜਿਹੜੇ ਕੌਤਕ ਹਨ ਬੜੇ ਅਚਰਜ ਹਨ, ਤੁਹਾਡੇ ਚਲਤ ਉਪਮਾ ਤੋਂ ਰਹਿਤ ਹਨ। ਆਪ ਜੀ ਕਿਹੜੇ ਕਿਹੜੇ ਕੌਤਕ ਕਰਦੇ ਹੋ ਮਹਾਰਾਜ, ਇਹ ਕੋਈ ਨਹੀਂ ਜਾਣ ਸਕਦਾ। ਸਭ ਕੋ ਸਿੱਖਤ ਰਾਵਰ ਆਹੋ, ਜੀ ਆਪ ਸਭ ਨੂੰ ਸਿੱਖਿਆ ਦੇਣ ਵਾਲੇ ਹੋ, ਗੁਰੂ ਹੋ ਨਾ, ਸਭ ਦੇ ਸਿੱਖਿਆ ਦਾਤੇ ਹੋ। ਸਾਰੀ ਦੁਨੀਆ ਆਪ ਜੀ ਤੋਂ ਸਿੱਖਿਆ ਪ੍ਰਾਪਤ ਕਰਦੀ ਹੈ। ਕਹਾਂ ਸਿੱਖ ਮੈਂ ਤੁਮ ਸੋ ਕਹੋ, ਹੈ ਸਤਿਗੁਰ ਜੀ ਤੁਹਾਨੂੰ ਮੈਂ ਕੀ ਸਿੱਖਿਆ ਦਵਾਂ, ਮੇਰੇ ਪੱਲੇ ਕੁਛ ਨਹੀਂ ਮਹਾਰਾਜ, ਤੁਹਾਡਾ ਗਿਆਨ ਦਿੱਤਾ ਹੋਇਆ ਕਿਣਕਾ ਮਾਤਰ ਮੇਰੇ ਹਿਰਦੇ ਵਿੱਚ ਹੈ, ਤੇ ਮਹਾਰਾਜ ਤੁਹਾਨੂੰ ਮੈਂ ਕੀ ਸਿੱਖਿਆ ਦਵਾਂ। ਤਿੰਨ ਕੋ ਕਿਆ ਉਪਦੇਸੀ ਹੈ, ਜਿਨ ਗੁਰੂ ਨਾਨਕ ਦੇ, ਜਿਹੜੇ ਆਪ ਗੁਰੂ ਨਾਨਕ ਮਹਾਰਾਜ ਉਹੀ ਸਰੂਪ ਹਨ ਮਹਾਰਾਜ, ਉਹਨਾਂ ਨੂੰ ਕੀ ਸਿੱਖਿਆ ਦਵਾਂ ਸਤਿਗੁਰੂ ਜੀ, ਮੈਂ ਤਾਂ ਕੁਝ ਵੀ ਨਹੀਂ ਸਤਿਗੁਰ ਜੀ, ਤੁਸੀਂ ਆਪ ਅਕਾਲ ਪੁਰਖ ਪਰਮਾਤਮਾ ਰੂਪ ਹੋ।
ਮਮ ਸੁਤ ਕੀ ਅਬ ਪੂਜਾ ਗਈ ਜੈ। ਮਹਾਰਾਜ ਹੁਣ ਮੇਰੇ ਤੇ ਕਿਰਪਾ ਕਰੋ, ਮੇਰਾ ਪੁੱਤਰ ਹੈ ਮਹਾਰਾਜ, ਹੁਣ ਇਹਦੀ ਬਾਹ ਫੜ ਲੋ। ਮਮ ਸਮਾਨ ਹੀ ਨਿਤ ਨਿਭਹੀ ਜੈ। ਜਿਵੇਂ ਮੇਰੀ ਬਾਹ ਫੜੀ ਸੀ ਨਾ ਗੁਰੂ ਨਾਨਕ ਮਹਾਰਾਜ ਜੀ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਗੁਰੂ ਅਮਰਦਾਸ ਮਹਾਰਾਜ ਜੀ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਤੇ ਆਪ ਜੀ ਨੇ ਮਹਾਰਾਜ। ਇਸੇ ਤਰ੍ਹਾਂ ਮਹਾਰਾਜ ਹੁਣ ਮੇਰਾ ਬੇਟਾ ਹੈ ਭਾਨਾ ਜੀ, ਇਹਨਾਂ ਦੀ ਬਾਂਹ ਫੜ ਲੋ ਜੀ। ਸ਼੍ਰੀ ਨਾਨਕ ਗੁਰ ਅੰਗਦ ਔਰ ਨਾਨਕ ਮਹਾਰਾਜ, ਧੰਨ ਗੁਰੂ ਅੰਗਦ ਦੇਵ ਮਹਾਰਾਜ ਆਦਿਕ ਜਿਹੜੇ ਗੁਰੂ ਸਾਹਿਬਾਨ ਹੋਏ, ਉਨ ਕੁਲ ਭਲਿਆਂ ਕੇ ਸਿਰ ਮੋਰ। ਮਹਾਰਾਜ ਭੱਲਿਆਂ ਦੀ ਕੁਲ ਦੇ ਸਿਰ ਮੋਰ, ਧੰਨ ਗੁਰੂ ਅਮਰਦਾਸ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਧੰਨ ਗੁਰੂ ਅਮਰਦਾਸ ਮਹਾਰਾਜ ਤੇ ਉਹਨਾਂ ਨੇ ਬਖਸ਼ਿਸ਼ ਕੀਤੀ ਮੇਰੇ ਤੇ। ਸ਼੍ਰੀ ਗੁਰੂ ਰਾਮਦਾਸ ਗੁਰ ਅਰਜਨ, ਧੰਨ ਗੁਰੂ ਰਾਮਦਾਸ ਮਹਾਰਾਜ ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੇ। ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਗੁਰ ਅਰਜਨ ਪ੍ਰਤੱਖ ਹਰ, ਐਸੇ ਗੁਰੂ ਅਰਜਨ ਦੇਵ ਮਹਾਰਾਜ ਜੀ। ਕਰੀ ਸੋਭੋ ਸਿੱਖੀ ਜਗ ਸਿਰਜਨ, ਮਹਾਰਾਜ ਇਹਨਾਂ ਗੁਰੂ ਸਾਹਿਬਾਨ ਨੇ ਸਿੱਖੀ ਸਿਰਜੀ ਹੈ, ਸਿੱਖੀ ਦਾ ਬੂਟਾ ਮਹਾਰਾਜ ਇਹਨਾਂ ਨੇ ਲਾਇਆ ਹੈ, ਇਹਨਾਂ ਨੇ ਮੇਰੇ ਹਿਰਦੇ ਚ ਮਹਾਰਾਜ ਜੀ ਬਖਸ਼ਿਸ਼ ਕੀਤੀ ਹੈ। ਮੇਰੀ ਬਾਤ ਜਥਾ ਨਿਰਭਾਈ, ਸਤਿਗੁਰੂ ਜੀ ਜੋ ਮੈਂ ਬੇਨਤੀ ਕਰਦਾ ਰਿਹਾ ਤੇ ਇਹਨਾਂ ਗੁਰੂ ਸਾਹਿਬਾਨ ਨੇ ਮੇਰੀ ਗੱਲ ਨੂੰ ਨਿਭਾਇਆ ਹੈ ਮਹਾਰਾਜ, ਮੇਰੀ ਅਰਦਾਸ ਸੁਣੀ ਹੈ ਤੇ ਇਸ ਕਰਕੇ ਮਹਾਰਾਜ ਹੁਣ ਮੈਂ ਅਰਦਾਸ ਤੁਹਾਡੇ ਚਰਨਾਂ ਵਿੱਚ ਕਰਦਾ ਹਾਂ। ਸੁਤ ਰਹਿ ਤੁਮਰੇ ਪਾਈ, ਮਹਾਰਾਜ ਅੱਜ ਤੋਂ ਬਾਅਦ ਇਹ ਮੇਰਾ ਬੇਟਾ ਆਪ ਜੀ ਦੇ ਕੋਲ ਰਹੇਗਾ। ਇਮ ਕੈ ਆਪਣੋ ਸੁਤ ਬੁਲਵਾਇਓ, ਕਹਿ ਕੇ ਆਵਾਜ਼ ਮਾਰੀ ਬੇਟਾ ਭਾਨਾ ਜੀ ਅੰਦਰ ਆ ਜਾਓ, ਤੇ ਇਹ ਕਹਿ ਕੇ ਮਹਾਰਾਜ ਜੀ ਨੇ ਆਪਣਾ ਬੇਟਾ ਭਾਨਾ ਜੀ ਨੂੰ ਅੰਦਰ ਬੁਲਾਇਆ ਹੈ। ਚਰਨ ਪਾਏ ਗੁਰ ਨਿਕਟ ਬਿਠਾਇਓ, ਉਹਨਾਂ ਨੂੰ ਗੁਰੂ ਚਰਨਾਂ ਚ ਪਾਇਆ ਤੇ ਮਹਾਰਾਜ ਦੇ ਕੋਲ ਬਿਠਾਇਆ ਹੈ। ਭਾਨਾ ਹੱਥ ਗਇਓ ਨਿਜ ਹੱਥ, ਗੁਰੂ ਸਾਹਿਬ ਜੀ ਨੇ ਭਾਨਾ ਜੀ ਦਾ ਹੱਥ ਆਪਣੇ ਹੱਥ ਵਿਚ ਫੜਿਆ ਹੈ। ਗਹਿਵਾਈ ਤਬਈ ਪਿਖਨਾਥ, ਸਤਿਗੁਰ ਜੀ ਵੇਖ ਰਹੇ ਸਾਹਮਣੇ ਬੈਠੇ ਤੇ ਬੁੱਢਾ ਸਾਹਿਬ ਨੇ ਹੱਥ ਫੜ ਕੇ ਨਾ ਭਾਨਾ ਜੀ ਦਾ ਤੇ ਗੁਰੂ ਮਹਾਰਾਜ ਦੇ ਹੱਥ ਵਿਚ ਫੜਾਇਆ ਹੈ। ਸ਼੍ਰੀ ਹਰਗੋਬਿੰਦ ਗੈ ਕਰ ਸਾਥੇ, ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਹੱਥ ਫੜਿਆ ਬਾਬਾ ਭਾਨਾ ਜੀ ਦਾ, ਰਾਖੀ ਬਾਹੋ ਤਾਏ ਨਿਜ ਮਾਤੇ, ਸ੍ਰੀ ਵਾਹਿਗੁਰੂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹ ਬਾਂਹ ਨਾ ਆਪਣੇ ਮੱਥੇ ਤੇ ਰੱਖ ਲਈ ਮਹਾਰਾਜ ਜੀ ਨੇ, ਕਿ ਬ੍ਰਹਮ ਗਿਆਨੀ ਜਿਹੜੀ ਬਾਂਹ ਫੜਾਵੇ ਉਹ ਵੀ ਬ੍ਰਹਮ ਗਿਆਨੀ ਹੋਵੇਗਾ, ਤੇ ਮਹਾਰਾਜ ਜੀ ਨੇ ਉਹ ਬਾਂਹ ਫੜ ਕੇ ਨਾ ਆਪਣੇ ਸੀਸ ਤੇ ਰੱਖੀ, ਭਾਨਾ ਜੀ ਤੁਹਾਡਾ ਮਿਹਰ ਭਰਿਆ ਹੱਥ ਸਾਡੇ ਸੀਸ ਤੇ ਹੋਵੇ, ਕਿ ਅਸੀਂ ਤੁਹਾਡਾ ਸਤਿਕਾਰ ਇਹਨਾਂ ਵਾਂਗ ਕਰਾਂਗੇ।
ਜਿਵੇਂ ਬੁੱਢਾ ਸਾਹਿਬ ਜੀ ਹੋਏ ਨਾ ਤਤ ਵੇਦ ਦੇ ਮਹਾਂਪੁਰਸ਼, ਤੁਸੀਂ ਵੀ ਇਸ ਐਸੀ ਬਿਰਤੀ ਵਾਲੇ ਹੋਵੋਗੇ। ਕਹਿਬੋ ਬਿਦ ਸੋ ਤੀਰਜ ਦੀਨਾ, ਚੰਗੀ ਤਰ੍ਹਾਂ ਬੇਨਤੀ ਸੁਣੀ ਬੁੱਢਾ ਸਾਹਿਬ ਜੀ ਤੋਂ, ਆਪ ਬਚਨ ਕੀਤੇ ਵੀ ਮਹਾਰਾਜ ਨੇ ਤੇ ਬੁੱਢਾ ਸਾਹਿਬ ਨੂੰ ਹੌਸਲਾ ਬਖਸ਼ਿਸ਼ ਕੀਤਾ ਹੈ। ਅਪਰ ਕਰੀ ਚਰਚਾ ਰਸ ਪੀਨਾ, ਮਹਾਰਾਜ ਜੀ ਸਾਰੀ ਰਾਤ ਰੱਬ ਦੀਆਂ ਗੱਲਾਂ ਕਰਦੇ, ਰਸ ਪੀਨਾ ਰਸ ਵਿੱਚ ਭਿੱਜ ਕੇ ਪ੍ਰੇਮ ਦੀਆਂ ਗੱਲਾਂ ਹੀ ਕਰਦੇ ਰਹੇ। ਤੀਨ ਪੈਰ ਜਾਗਤ ਹੀ ਰਹੇ। ਵਾਹਿਗੁਰੂ ਖਾਲਸਾ। ਸੰਧਿਆ ਵੇਲੇ ਮਹਾਰਾਜ ਜੀ ਆਪ ਆਪਣੇ ਆਸਣ ਤੇ ਬੈਠ ਗਏ ਸਨ, ਬੁੱਢਾ ਸਾਹਿਬ ਦੇ ਮਹਾਰਾਜ ਜੀ। ਸੰਧਿਆ ਵੇਲੇ ਤੋਂ ਲੈ ਕੇ ਲਗਭਗ ਅਜੇ ਰਾਤ ਸ਼ੁਰੂ ਹੋਣੀ ਸੀ ਤੇ ਤਿੰਨ ਪਹਿਰ ਤੱਕ 9 ਘੰਟੇ, ਇੱਕ ਪਹਿਰ ਹੁੰਦਾ 3 ਘੰਟੇ ਦਾ, 9 ਘੰਟੇ ਮਹਾਰਾਜ ਰੱਬ ਦੀਆਂ ਗੱਲਾਂ ਹੀ ਕਰਦੇ ਰਹੇ। ਉਧਰ ਸਾਹਮਣੇ ਬੁੱਢਾ ਸਾਹਿਬ ਜੀ, ਇੱਧਰ ਮਹਾਰਾਜ ਜੀ, ਦੋਵੇਂ ਹੀ ਰੱਬ ਦੇ ਪਿਆਰੇ, ਆਪ ਗੁਰੂ ਸਾਹਿਬਾਨ ਤੇ ਬ੍ਰਹਮ ਗਿਆਨੀ, ਰੱਬ ਦੀਆਂ ਗੱਲਾਂ ਹੀ ਕਰਦੇ ਰਹੇ। ਬ੍ਰਿਧ ਕੇ ਬਾਤ ਸੁਨੇ ਅਰ ਕਹੇ, ਬੁੱਢਾ ਸਾਹਿਬ ਜੀ ਤੋਂ ਰੱਬ ਦੀਆਂ ਗੱਲਾਂ ਸੁਣੀਆਂ ਤੇ ਆਪ ਮਹਾਰਾਜ ਜੀ ਨੇ ਕੁਛ ਗਿਆਨ ਦੀਆਂ ਗੱਲਾਂ ਬਿਆਨ ਕੀਤੀਆਂ ਹਨ। ਆਇਸ ਗੁਰ ਕੀ ਲੇ ਉੱਠ ਖਰਿਓ। ਅੰਮ੍ਰਿਤ ਵੇਲਾ ਹੋਇਆ ਨਾ ਤੇ ਬੁੱਢਾ ਸਾਹਿਬ ਜੀ ਨੇ ਮਹਾਰਾਜ ਦੀ ਆਗਿਆ ਲੈ ਕੇ ਉੱਠ ਕੇ ਖੜੇ ਹੋਏ ਹਨ। ਜਲ ਸੀਤਲ ਸੋ ਮੱਜਨ ਕਰਿਓ, ਠੰਡੇ ਜਲ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਹੈ। ਹੁਣ ਸ਼੍ਰੀ ਹਰਗੋਬਿੰਦ ਟਿਗ ਆਇਓ, ਇਸ਼ਨਾਨ ਪਾਣੀ ਕਰਕੇ ਬਸਤਰ ਪਾ ਕੇ ਬੁੱਢਾ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆ ਗਏ ਹਨ। ਬੈਠੋ ਸਨਮੁਖ ਉਰ ਹਰ ਖਾਇਓ, ਆਪਣੇ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਬੈਠੇ ਤੇ ਬੁੱਢਾ ਸਾਹਿਬ ਉਹਨਾਂ ਦੇ ਸਾਹਮਣੇ ਦਰਸ਼ਨ ਕਰੀ ਜਾ ਰਹੇ ਹਨ ਤੇ ਦਰਸ਼ਨ ਕਰ ਕਰਕੇ ਬਹੁਤ ਖੁਸ਼ ਹੋ ਰਹੇ ਹਨ। ਇੱਕ ਚਿਤ ਹੋਏ ਕਰ ਜਪ ਜੀ ਸਾਰਾ ਸਤਨਾਮ। ਸਮਾਂ ਅੰਮ੍ਰਿਤ ਵੇਲੇ ਦਾ, ਬੁੱਢਾ ਸਾਹਿਬ ਜੀ ਨੇ ਅਕਾਲ ਚਲਾਣਾ ਕਰਨਾ ਖਾਲਸਾ ਜੀ, ਸਮਾਂ ਨੇੜੇ ਆ ਗਿਆ, ਕੁਛ ਸਵਾਸ ਰਹਿ ਗਏ ਹਨ, ਬਸ ਗਿਣੇ ਚੁਣੇ ਸਵਾਸ। ਅੰਮ੍ਰਿਤ ਵੇਲੇ ਬੁੱਢਾ ਸਾਹਿਬ ਜੀ ਨੇ ਇੱਕ ਮਨ ਚਿਤ ਹੋ ਕੇ ਸਾਵਧਾਨ ਇਕਾਗਰ ਚੀਤ, ਸਾਵਧਾਨ ਹੋ ਕੇ ਨਾ ਆਪ ਤਾਂ ਜੋ ਹੋਏ ਮਹਾਂਪੁਰਸ਼, ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ, ਇਸ ਤਰ੍ਹਾਂ ਸਹਿਜ ਬਿਰਤੀ ਵਿੱਚ, ਸਹਿਜ ਆਨੰਦ ਵਿੱਚ ਬੁੱਢਾ ਸਾਹਿਬ ਜੀ ਇਹ ਪਾਠ ਆਪ ਕਰ ਰਹੇ ਹਨ। ਸਨੇ ਸਨੇ ਸੰਭਾਰ ਉਚਾਰਾ, ਸਹਿਜ ਆਪਣੇ ਆਪ ਨੂੰ ਸੰਭਾਲਦੇ ਹੋਏ, ਸੁਰਤੀ ਉਹੀ ਰਸ ਵਿੱਚ ਜੁੜੀ ਹੋਈ ਹੈ ਤੇ ਇਹ ਪਾਠ ਕਰੀ ਜਾ ਰਹੇ ਹਨ। ਪਠ ਕਰ ਗੁਰ ਦਿਸ਼ ਬੰਦਨ ਕੀਰ, ਅਖੀਰਲੀਆਂ ਪੰਕਤੀਆਂ ਪੜੀਆਂ ਜਿੰਨੀ ਨਾਮ ਧਿਆਇਆ, ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ, ਤੇਤੀ ਛੁੱਟੀ ਨਾਲ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਗੁਰੂ ਮਹਾਰਾਜ ਜੀ ਵੱਲ ਦਰਸ਼ਨ ਵੀ ਕਰ ਰਹੇ ਹਨ ਤੇ ਮਹਾਰਾਜ ਦੇ ਦਰਸ਼ਨ ਕਰਕੇ ਮੱਥਾ ਟੇਕਿਆ ਹੈ।
ਨਿਜ ਦਾਸਨ ਕੋ ਆਇਸ ਦੀਨ। ਆਪਣੇ ਪਿਆਰਿਆਂ ਨੂੰ ਦਾਸਾਂ ਨੂੰ ਮਹਾਰਾਜ ਜੀ ਦੇ ਪਿਆਰੇ ਆਗਿਆ ਦੇ ਰਹੇ ਹਨ। ਬੈਠ ਸ਼ਬਦ ਕੋ ਕੀ ਜੈ ਗਾਵਨ। ਸਤਿਗੁਰੂ ਜੀ ਵੀ ਕਹਿਣ ਲੱਗੇ, ਬੁੱਢਾ ਸਾਹਿਬ ਵੀ ਕਹਿਣ ਲੱਗੇ, ਭਾਈ ਗੁਰਸਿੱਖੋ ਸਾਰੇ ਇੱਥੇ ਬੈਠ ਜਾਓ ਤੇ ਸਾਰੇ ਬੈਠ ਕੇ ਰੱਬ ਦਾ ਕੀਰਤਨ ਕਰੋ। ਹੁਣ ਇਹ ਕੀਰਤਨ ਵੈਰਾਗਮਈ ਹੋਵੇ ਤੇ ਸਾਰੇ ਬੈਠ ਕੇ ਕੀਰਤਨ ਕਰੀਏ। ਸਭ ਸੁਗੰਧਤਾ ਕਰ ਛਿੜਕਾਵਨ। ਇਸ ਤਰ੍ਹਾਂ ਸੁਗੰਧੀ ਵਾਲੇ ਪਦਾਰਥ ਉੱਥੇ ਛਿੜਕਾਏ ਗਏ, ਅਤਰ, ਬੜੇ ਸੋਹਣੇ ਸੋਹਣੇ ਫੁੱਲ। ਵੀ ਅਖੀਰਲੇ ਮਹਾਂਪੁਰਸ਼ਾਂ ਨੇ ਜਾਣਾ ਹੈ ਤੇ ਇਹ ਤਾਂ ਹੈ ਹੀ ਬਖਸ਼ਿਸ਼ ਵਾਲਾ ਵਾਤਾਵਰਨ। ਇੱਕ ਤਾਂ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲੇ ਬ੍ਰਹਮ ਗਿਆਨੀ ਸੱਚਖੰਡ ਜਾਣ ਲੱਗੇ, ਜਪਜੀ ਸਾਹਿਬ ਦਾ ਪਾਠ ਹੋਇਆ ਤੇ ਅੰਮ੍ਰਿਤਮਈ ਕੀਰਤਨ ਵੀ ਹੋਣਾ ਸ਼ੁਰੂ ਹੋਇਆ ਹੈ। ਸਤ ਨਾਮ ਸਿਮਰੋ ਹਰ ਖਾਵਨ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਸਾਰੇ ਚੜ੍ਹਦੀ ਕਲਾ ਵਿੱਚ ਆ ਕੇ ਜਪੋ ਸਤਨਾਮ। ਸ੍ਰੀ ਵਾਹਿਗੁਰੂ, ਸ੍ਰੀ ਵਾਹਿਗੁਰੂ, ਵਾਹਿਗੁਰੂ। ਇਹ ਸਾਰੇ ਜਪੀਏ ਤੇ ਰੱਬ ਦੀ ਵਡਿਆਈ ਕਰੀਏ। ਦੀਪਕ ਬ੍ਰਿੰਦ ਬਾਰ ਕਰ ਤਰੀਏ। ਹਰ ਥਾਂ ਤੇ ਬੜੇ ਸੋਹਣੇ ਸੋਹਣੇ ਦੀਵੇ ਜਗਾ ਦੋ। ਹੁਣ ਪ੍ਰਕਾਸ਼ ਹੀ ਪ੍ਰਕਾਸ਼ ਹੋਵੇ ਕਿ ਤਤ ਵੇਤੇ ਮਹਾਂਪੁਰਸ਼ਾਂ ਨੇ ਸੱਚਖੰਡ ਜਾਣਾ ਹੈ ਤੇ ਇਹਨਾਂ ਲਈ ਪ੍ਰਕਾਸ਼ ਹੀ ਪ੍ਰਕਾਸ਼ ਕਰ ਦੋ। ਸੰਗਤ ਸਕਲ ਇਕੱਤਰ ਕਰੀਏ। ਸੰਗਤ ਨੂੰ ਇਕੱਠਾ ਕਰ ਲੋ ਜੀ। ਸੁਨ ਬ੍ਰਿਧ ਹੁਕਮ ਦਾਸ ਗਨ ਆਏ। ਬੁੱਢਾ ਸਾਹਿਬ ਜੀ ਨੇ ਇਹ ਹੁਕਮ ਕੀਤਾ ਨਾ, ਸਾਰੇ ਦਾਸ ਦੌੜੇ ਦੌੜੇ ਅੰਦਰ ਆਏ ਹਨ। ਕਯੋ ਜਥਾ ਸਭ ਕਾਜ ਬਣਾਏ। ਮਹਾਂਪੁਰਸ਼ਾਂ ਨੇ ਆਖਿਆ ਤੇ ਉਹਨੇ ਸੇਵਾਦਾਰ ਨੇ ਸਾਰੀ ਤਿਆਰੀਆਂ ਕਰ ਲਈਆਂ। ਖਾਲਸਾ ਜੀ ਬੜੀ ਸੋਹਣੀ ਛਿੜਕਾਵ ਕੀਤਾ, ਅਤਰ ਕੇਸਰ ਦਾ, ਫੁੱਲਾਂ ਦੀ ਵਰਖਾ ਕਰਤੀ, ਉਧਰ ਦੀਵੇ ਜਗਾਤੇ। ਖਾਲਸਾ ਜੀ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਤੇ ਗੁਰੂ ਕੇ ਪਿਆਰੇ ਕੀਰਤਨ ਕਰਨ ਲਈ ਤਿਆਰ ਬਰ ਤਿਆਰ ਹੋਏ ਹਨ। ਸ਼੍ਰੀ ਹਰਗੋਬਿੰਦ ਕੇਰ ਅਗਾਰੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਹੀ ਹੱਥ ਜੋੜ ਬੋਬਿਨੇ ਉਚਾਰੀ। ਹੱਥ ਤੋੜ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਬੇਨਤੀ ਕੀਤੀ ਹੈ। ਆਇਸ ਦੀ ਜੈ ਅਗਰ ਸਿਧਾਉ ਪਦਵੀ ਪਰਮ ਆਪ ਕੀ ਪਾਓ। ਸਤਿਗੁਰ ਜੀ ਆਗਿਆ ਦਵੋ, ਮੈਂ ਹੁਣ ਅੱਗੇ ਜਾਵਾਂ। ਮਹਾਰਾਜ ਜੀ ਹੁਕਮ ਕਰੋ, ਬਖਸ਼ਿਸ਼ ਕਰੋ ਮਹਾਰਾਜ, ਕਿ ਇਹ ਸਰੀਰ ਛੱਡ ਕੇ ਸਤਿਗੁਰ ਜੀ ਪਰਮ ਪਦਵੀ ਨੂੰ ਪ੍ਰਾਪਤ ਕਰਾਂ, ਤੁਹਾਡੇ ਵਿੱਚ ਲੀਨ ਹੋ ਜਾਵਾਂ। ਮਹਾਰਾਜ ਉਹ ਲੀਨ ਹੋਣ ਦੀ ਅਵਸਥਾ ਮਹਾਰਾਜ ਇਹ ਤੁਸੀਂ ਦੇ ਸਕਦੇ ਹੋ ਸਤਿਗੁਰ ਜੀ, ਆਪ ਜੀ ਆਗਿਆ ਦਵੋ। ਸਤਿਗੁਰ ਕਹਿਓ ਬਿਰਾਜੋ ਪਿਆਰੇ ਗਗਨ ਸਮਾਨ ਵਿਆਪੋ ਸਾਰੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ, ਬੁੱਢਾ ਸਾਹਿਬ ਜੀ ਜਾ ਕੇ ਬਿਰਾਜਮਾਨ ਹੋ ਜਾਓ, ਜਾਓ ਜੋਤੀ ਜੋਤ ਸਮਾ ਜਾਓ। ਜਿਵੇਂ ਆਕਾਸ਼ ਹਰ ਥਾਂ ਤੇ ਵਿਆਪਕ ਹੈ ਨਾ, ਤੇ ਪਰਮਾਤਮਾ ਵੀ ਹਰ ਥਾਂ ਤੇ ਵਿਆਪਕ ਹੈ। ਤੁਸੀਂ ਪਰਮਾਤਮਾ ਵਿੱਚ ਲੀਨ ਹੋ ਜਾਓ ਜਾਓ ਸੂਰਜ ਕਿਰਨ ਮਿਲੇ।
जल का जल हुआ राम, जाके लीन हो जाओ। आकाश वांग तुहाडी वडियाई, तुहाडा जस हर थां ते व्यापक होवेगा। सुन पोडियो कुछ आसन उपर, सुन के बुड्ढा साहिब जी जड़ा आसन तैयार सी ना, उस आसन ते बुड्ढा साहिब जी विराजमान हो गए। सेत वस्त्र को लीन तनु पर, चादरा बुड्ढा साहिब जी ने अपने शीश से सारे शरीर ते लिया है। खुले बिलोचन सनमुख हेरत, अखीले स्वास भजन बेनती सी ना महाराज, मेरी अखा सामने आप जी रहना, ਤੇ ਨੇਤਰ ਖੁੱਲੇ ਹਨ ਬੁੱਢਾ ਸਾਹਿਬ ਜੀ ਦੇ ਸਾਹਮਣੇ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਰਹੇ ਹਨ। ਸਤਿਗੁਰ ਕਿਰਪਾ ਦ੍ਰਿਸ਼ਟ ਸੋ ਪ੍ਰੇਰਿਤ, ਮਹਾਰਾਜ ਜੀ ਨੂੰ ਅੰਦਰ ਪ੍ਰੇਰ ਰਹੇ ਹਨ, ਮਹਾਰਾਜ ਹੋਰ ਬਖਸ਼ਿਸ਼ ਕਰੋ, ਹੋਰ ਬਖਸ਼ਿਸ਼ ਕਰੋ। ਇੱਧਰ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਰਪਾ ਦ੍ਰਿਸ਼ਟੀ ਕਰੀ ਜਾ ਰਹੇ ਹਨ। ਤਨ ਕੋ ਤਿਆਗ प्राण जब गए ओ, गुरु बिखे लै होत पयो। मेले दा समा, उधर गुरु के प्यारिया ने कीर्तन की ध्वनि छेड़ी है, ते इधर बुढ़ा साहब जी दर्शन करते हुए धन गुरु हरगोबिंद साहब महाराज दे दर्शन देख जीवा गुर तेरा, पूरन कर्म हो प्रभ मेरा, एह बिनती सुन प्रभ मेरे, देह नाम कर अपने चेरे। ये बेनतियां करते हुए दर्शन करते हुए बुढ़ा साहब जी अपने प्राण त्याग गए। खालसा जीओ, अमृत वेले का समा सामने, धन गुरु हरगोबिंद साहिब महाराज इस तरह प्राण त्याग गए जिवें खालसा जीओ कोई हाथी अपने गले विचों फुलां दी माला ला दवे। बहुत सुखैर तरीके नाल बुढ़ा साहिब जी ये पंज भूतक शरीर त्याग गए। गुरु बिखे लै होत पयो, सूरज किरण मिले, जल का जल हुआ राम, ज्योति ज्योत रली, संपूर्ण थियारा लै हो गए। ज्योति ज्योत विच लै हो गए धन गुरु हरगोबिंद साहिब महाराज, अकाल पुरख परमात्मा ज्योत रूप, ते उस ज्योत विच बुढ़ा साहिब जी लीन हो गए। तजी रही ते काया खाली, उत्थे केवल शरीर रह गया महाराज, थले पुंजे उत्ते चादरा चिट्टा, उत्थे केवल शरीर रह गया बुढ़ा साहिब जी दा, ते बुढ़ा साहिब तो हुण खालसा जी लीन हो गए। किस तरह लीन होए, जो पानी संग पानी, गुर कृपा जिह नरको कीनी, तिल ए जुगत पछानी,
ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ। ਬਾਬਾ ਬੁੱਢਾ ਸਾਹਿਬ ਜੀ ਇਸ ਤਰ੍ਹਾਂ ਲੀਨ ਹੋ ਗਏ ਤੇ ਪਿੱਛੇ ਕੇਵਲ ਪੰਜ ਪੂਤਕ ਸਰੀਰ ਹੀ ਰਹਿ ਗਿਆ। ਜਨ ਗਜ ਫੂਲ ਮਾਲ ਕੋ ਡਾਲੀ, ਕੋਈ ਗਜ ਕਹਿੰਦੇ ਹਾਥੀ, ਹਾਥੀ ਦੇ ਗਲੇ ਵਿੱਚ ਫੁੱਲਾਂ ਦੀ ਮਾਲਾ ਪਈ ਰਵੇ ਉਹਨੂੰ ਕੋਈ ਉਹਦਾ ਭਾਰ ਨਹੀਂ ਹੁੰਦਾ, ਮਾਲਾ ਲਾ ਕੇ ਪਰੇ ਸੁੱਟ ਦੇਵੇ ਉਹਨੂੰ ਕੋਈ ਸੁੱਖ ਨਹੀਂ ਹੈ। ਇਸੇ ਤਰ੍ਹਾਂ ਬੁੱਢਾ ਸਾਹਿਬ ਜੀ ਸਰੀਰ ਪਹਿਲਾਂ ਸੀ ਆਨੰਦ ਵਿੱਚ ਲੀਨ, ਸਰੀਰ ਚਲਾ ਗਿਆ, ਸੂਰਜ ਕਿਰਨ ਮਿਲ ਸਮਾ ਗਏ ਤੇ ਬੁੱਢਾ ਸਾਹਿਬ ਜੀ ਉਦੋਂ ਵੀ ਚੜ੍ਹਦੀ ਕਲਾ ਵਿੱਚ ਹਨ। ਸੁਗਮ ਦੇ ਤੇ ਹੋ ਭਿੰਨ, ਇਹ ਸਰੀਰ ਸੀ ਨਾ, ਇਸ ਸਰੀਰ ਤੋਂ ਭਿੰਨ ਹੋ ਗਏ ਬੁੱਢਾ ਸਾਹਿਬ ਜੀ। ਜੋ ਗੁਰ ਸੋ ਨਿਤ ਰਹੋ ਅਭਿੰਨ, ਬੁੱਢਾ ਸਾਹਿਬ ਹਮੇਸ਼ਾ ਅਭਿੰਨ ਰਹਿੰਦੇ ਸਨ। ਅਭਿੰਨ ਕਹਿੰਦੇ ਜਿਹੜੇ ਵੱਖਰੇ ਵੱਖਰੇ ਨਾ ਹੋਣ। ਇੱਕ ਮਿਕਤਾ ਪ੍ਰਾਪਤ ਕਰਨ ਵਾਲੇ ਬੁੱਢਾ ਸਾਹਿਬ ਜੀ ਜਿਹੜੇ ਦਿਨ ਰਾਤ ਜੁੜੇ ਰਹਿਣ ਵਾਲੇ ਅੱਜ ਫਿਰ ਜੁੜੇ ਹੋਏ ਹਨ। ਤਨ ਜਨਮ ਨਿਤ ਪਾਰੇ ਉਪਕਾਰੀ, ਜਨ ਸਿੱਖੀ ਕੀ ਨੀਵ ਉਸਾਰੀ। ਧੰਨ ਹਨ ਬਾਬਾ ਬੁੱਢਾ ਸਾਹਿਬ ਜੀ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ, ਧੰਨ ਇਹਨਾਂ ਦੀ ਮਾਤਾ, ਧੰਨ ਪਿਤਾ, ਧੰਨ ਸਾਰਾ ਪਰਿਵਾਰ, ਭਾਈ ਰਾਮ ਕੌਰ ਜੀ ਵਰਗੇ, ਭਾਈ ਭਾਨਾ ਜੀ ਵਰਗੇ, ਭਾਈ ਝੰਡਾ ਜੀ ਵਰਗੇ, ਧੰਨ ਬ੍ਰਹਮ ਗਿਆਨੀ ਜਿਨ੍ਹਾਂ ਨੇ ਸਿੱਖੀ ਦੀ ਨੀਂਹ ਉਸਾਰੀ ਹੈ। ਖਾਲਸਾ ਜੀ, ਜੇ ਸਿੱਖੀ ਦਾ ਬੂਟਾ ਕਹਿਣਾ ਹੋਵੇ ਨੀਂਹ ਇਹਨਾਂ ਤੋਂ ਸ਼ੁਰੂ ਹੋਈ ਹੈ। ਖਾਲਸਾ ਜੀ, ਇਹ ਧੰਨ ਹਨ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ, ਹਰਸੋਂ ਲੈਣ ਮਿਲਾਏ। ਐਸੇ ਬੁੱਢਾ ਸਾਹਿਬ ਜੀ ਅਕਾਲ ਚਲਾਣਾ ਕਰ ਗਏ ਖਾਲਸਾ ਜੀ। ਤੇ ਉਧਰ ਗੁਰੂ ਕੇ ਪਿਆਰੇ, ਸੇਵਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵੇ ਆਪਣਾ, ਚਲਤੇ ਰਾਖਿਓ ਚੀਤ, ਅੰਮ੍ਰਿਤ ਮੇਂ ਬਿਰਾਂਗ ਮੇਂ ਕੀਰਤਨ ਵੀ ਹੋਣਾ ਸ਼ੁਰੂ ਹੋਇਆ। ਇੱਧਰ ਬੁੱਢਾ ਸਾਹਿਬ ਜੀ ਖਾਲਸਾ ਜੀਓ ਆਪ ਸੱਚਖੰਡ ਪਿਆਨਾ ਕੀਤਾ ਤੇ ਉਹਨਾਂ ਦੇ ਨਿਮਿਤ ਮਹਾਰਾਜ ਹੁਣ ਕਿਵੇਂ ਸਾਰੀ ਸੇਵਾ ਨਿਭਾਉਣਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹ ਵਾਰਤਾ ਆਪ ਜੀ ਸਮੇਂ ਅਨੁਸਾਰ ਅਗਲੇ ਪ੍ਰਕਰਨਾਂ ਵਿੱਚ ਸ਼੍ਰਵਣ ਕਰਨਾ ਜੀ। ਇਤਨੀਆਂ ਬੇਨਤੀਆਂ ਪ੍ਰਵਾਨ, ਭੁੱਲ ਛੁੱਕ ਦੇਖੀ ਮਾਂ, ਵਹਿ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਖਾਲਸਾ ਜੀ ਕੱਲ੍ਹ 13 ਤਰੀਕ ਨੂੰ ਸੰਸਾਰ